ਜਾਂ ਗੁਰੂ, ਤੀਸਰਾ ਦੱਸਿਆ ਜਿਵੇਂ ਸਿੱਖ, ਸਿੱਖ ਗੁਰੂ ਦਾ ਆਉਂਦਾ ਹੈਗਾ ਕਿਉਂਕਿ ਉਹਨੇ ਸਿੱਖਿਆ ਗੁਰੂ ਤੋਂ ਲੈਣੀ ਹੈਗੀ ਆ। ਅਤੇ ਚੌਥਾ ਮੈਂ ਦੱਸਿਆ ਸੀਗਾ ਸੰਗਤ ਦੀ ਇੰਪੋਰਟੈਂਸ, ਮਹੱਤਤਾ। ਅਤੇ ਪੰਜਵਾਂ ਤੁਹਾਨੂੰ ਦੱਸਿਆ ਸੀਗਾ ਅਤੇ ਅਰਦਾਸ। ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈਗੀ ਆ ਇਫ ਯੂ ਆਰ ਗੋਇੰਗ ਟੂ ਬਿਕਮ ਵਨ ਵਿਦ ਗਾਡ। ਜੇ ਤੁਸੀਂ ਕਹੋ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਛੱਡ ਲਓ, ਤੁਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ, ਤੁਹਾਡੇ ਕੋਈ ਇਸ਼ਟ ਹੀ ਨਹੀਂ ਵਾਹਿਗੁਰੂ ਨੇ, ਤਾਂ ਵੀ ਤੁਹਾਨੂੰ ਮੀਨਿੰਗਲੈਸ ਵੀ ਉਹਦੇ 'ਤੇ ਕਿੱਦਾਂ ਪਹੁੰਚਣਾ ਕਿੱਦਾਂ ਨਹੀਂ। ਜੇ ਗੁਰੂ ਹੈ ਨਹੀਂ ਤਾਂ ਦੇਰ ਇਜ਼ ਨੋ ਵੇ ਯੂ ਕੈਨ ਐਕਚੁਲੀ ਰੀਚ ਹਿਮ। ਇਸੇ ਤਰ੍ਹਾਂ ਸੰਗ ਜਿਹੜਾ ਹੈਗਾ ਸਿੱਖ, ਸਿੱਖ ਵੀ ਜਿਹਨੇ ਸਿੱਖਣਾ ਹੈਗਾ ਉਹ ਵੀ ਨਾਲ ਹੋਣਾ ਚਾਹੀਦਾ ਹੈਗਾ। ਸੰਗਤ ਜਿਹੜੀ ਹੈਗੀ ਉਹ ਬਹੁਤ ਇੰਪੋਰਟੈਂਟ ਹੈਗੀ ਆ ਕਿਉਂਕਿ ਸੰਗਤ ਦੇ ਵਿੱਚ ਹੀ ਸਾਰੇ ਆ ਜਾਂਦੇ ਹੈਗੇ ਆ, ਚਾਹੇ ਸੰਤ, ਸਾਧ, ਬ੍ਰਹਮ ਗਿਆਨੀ, ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਜਿਹੜਾ ਵੀ ਬੈਠਦਾ ਹੈਗਾ ਬੇ ਹੀ ਇਜ਼ ਅਟੈਚ ਟੂ ਗੁਰੂ ਐਟ ਦੈਟ ਟਾਈਮ। ਅਤੇ ਗੁਰੂ ਦੀ ਇੰਨੀ ਮਹੱਤਤਾ ਹੈਗੀ ਆ ਵੀ ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੀ ਵੀ ਜੇ ਕੋਲੇ ਹੈਗੇ ਆ, ਕੋਲਿਆਂ ਦੇ ਵਿੱਚ ਕੋਈ ਇੱਦਾਂ ਦੀ ਅੱਗ ਬਾਲਦੇ ਹੋ, ਬਾਕੀ ਵੀ ਕੋਲੇ ਜਿਹੜੇ ਹੈਗੇ ਉਹ ਵੀ ਰੰਗ ਫਲ ਲੈਂਦੇ ਹੈਗੇ ਆ। ਸੋ ਉੱਥੇ ਸਾਰਿਆਂ ਨੇ ਤਰੇ ਹੀ ਜਾਣਾ ਹੈਗਾ ਗੁਰੂ ਦੀ ਸੰਗਤ ਦੇ ਵਿੱਚ। ਪਰ ਨਾਲ ਜਿਹੜੀ ਅਰਦਾਸ ਕਰਨੀ ਹੈਗੀ, ਮੈਂ ਪਿਛਲੀ ਵਾਰੀ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਜਾਣੀ ਐਮਫੈਸਿਸ ਦਿੱਤਾ ਸੀਗਾ। ਅਰਦਾਸ ਇਜ਼ ਸੋ ਇੰਪੋਰਟੈਂਟ ਐਂਡ ਵੀ ਡੂ ਅਰਦਾਸ ਇਨ ਦਾ ਪ੍ਰੈਜੈਂਸ ਆਫ ਗੁਰੂ, ਕਿਉਂਕਿ ਅਸੀਂ ਦੂਜੀ ਅਸਪਤੀ ਦੇ ਵਿੱਚ ਸਿੱਖਿਆ ਹੈਗਾ, ਸਾਨੂੰ ਪਤਾ ਲੱਗ ਗਿਆ ਹੈਗਾ ਜੇ ਵਾਹਿਗੁਰੂ ਤੱਕ ਪਹੁੰਚ ਕਰਨੀ ਹੈਗੀ ਆ, ਵੀ ਹੈਵ ਟੂ ਐਕਚੁਅਲੀ ਗੋ ਥਰੂ ਦ ਗੁਰੂ। ਸੋ ਫਿਰ ਅਸੀਂ ਗੁਰੂ ਦੇ ਨਾਲ ਖੜ੍ਹ ਕੇ ਅਰਦਾਸ ਕਰਦੇ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਣੀ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ, ਗੁਰੂ ਨਾਨਕ ਜੀ ਦਾ ਪੱਲਾ ਫੜ ਕੇ, ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ। ਸੋ ਇੱਥੇ ਤਾਂ ਇਹ ਆਪਾਂ ਇਹ ਸਾਰਾ ਕੁਛ ਜਾਣੀ ਕੁਇਕਲੀ ਅੱਜ ਰਿਵਿਊਡ ਹੈ ਵੀ ਕੀ ਹੋਇਆ ਅਤੇ ਕਿੱਥੇ ਕਿੱਥੇ ਤਾਂ ਅਸੀਂ ਪਹੁੰਚੇ ਹੈਗੇ ਹਾਂ। ਤਾਂ ਹੁਣ ਛੇਵੀਂ ਪੰਜਵੀਂ ਅਸਪਤੀ ਜਿਹੜੀ ਹੈਗੀ ਆ ਅਸੀਂ ਅੱਜ ਉਹ ਸ਼ੁਰੂ ਕਰ ਲਏ। ਹੁਣ ਇਹ ਆਨ ਕੀਤਾ ਕਿ ਨਹੀਂ ਹਾਲੇ ਪਤਾ ਇਹ ਸੌਣ ਦਾ? ਓਕੇ। ਸੋ ਪੰਜਵੀਂ ਅਸਪਤੀ ਜਿਹੜੀ ਹੈਗੀ ਆ ਇਹਦਾ ਜਿਹੜਾ ਥੀਮ ਹੈਗਾ ਇਟ ਆਲਮੋਸਟ ਕੰਟੀਨਿਊਸ ਫਰੋਮ ਦਾ ਲੈਸਟ ਵਨ, ਫੋਰਥ ਵਨ, ਕਿਉਂਕਿ ਜਿਹੜੀ ਚੌਥੀ ਅਸਪਤੀ ਸੀਗੀ ਉਹਦੇ ਵਿੱਚ ਸਾਫ ਕਿਹਾ ਸੀਗਾ ਨਿਰਗੁਣਿਆਰ, ਤਾਂ ਨਾਲ ਇਹ ਆਣਾ ਕਿਹਾ ਸੀਗਾ ਗੁਣਹੀਨ, ਤਾਂ ਨਾਲ ਕਿਹਾ ਸੀ ਇਆਣਾ। ਇਆਣਾ ਦਾ ਮਤਲਬ ਜਿਹੜਾ ਬੇਸਮਝ ਹੋਵੇ, ਇਗਨੋਰੈਂਟ ਪਰਸਨ। ਓਕੇ। ਸੋ ਉਹਦੇ ਦੱਸ ਦਿੱਤਾ ਸੀਗਾ ਵੀ ਇਆਣਾ ਤਾਂ ਵਿਰਚੁਅਲਸ ਪਰਸਨ ਜਿਹੜਾ ਹੈਗਾ ਉਹ ਕਿਉਂ ਹੈਗਾ, ਉਹ ਸਾਰੀਆਂ ਐਗਜ਼ਾਮਪਲਾਂ ਜਦ ਉਹਦੇ ਵਿੱਚ ਦਿੱਤੀਆਂ ਸੀਗੀਆਂ ਉਹੀ ਥੀਮ ਸਮ ਹਾਓ ਕੰਟੀਨਿਊਜ਼ ਜਨੈਕਟਲੀ ਇਨ ਟੂ ਦਾ ਫਿਫਥ ਅਸਪਤੀ। ਓਕੇ। ਹੁਣ ਆਹ ਤੁਸੀਂ ਦੇਖੋ, ਮੈਨੂੰ ਥੋੜ੍ਹਾ ਜਿਹਾ ਹਾਂ ਚਲੋ ਠੀਕ ਹੈ। ਹੁਣ ਮੈਂ ਤੁਹਾਨੂੰ ਦੇਖਣਾ ਮੰਗਦਾ ਹੈਗਾ ਵੀ ਤੁਸੀਂ ਹੁਣ ਤੱਕ ਕੀ ਲਰਨ ਕੀਤਾ ਤਾਂ ਕੀ ਨਹੀਂ। ਇਟਸ ਕਾਇੰਡ ਆਫ ਅ ਟੈਸਟ ਫਾਰ ਯੂ। ਆਈ ਵਾਂਟ ਯੂ ਟੂ ਐਕਚੁਅਲੀ ਗੋ ਹੈਡ ਐਂਡ ਰੀਡ ਦਿਸ ਵਨ ਫਾਰ ਅ ਸੈਕਿੰਡ। ਫੋਕਸ ਕਰ। ਓਕੇ। ਸਲੋਕ ਹੈਗਾ ਦੇਣ ਹਾਰ ਪ੍ਰਭੋੜ ਕੈ ਲਾਗੈ ਅਨ ਸੁਆਏ ਨਾਨਕ ਕਰੁਣਾ ਸੀ ਦੇ ਨਾਮੇ ਪਤਦਾ।
Let me ask you quickly. Prabh jada haga, is the answer kyo nahi haga? ਪਹਿਲੇ ਰੂਲ ਜਿਹੜੇ ਤੁਹਾਨੂੰ ਦੱਸੇ ਸੀਗੇ ਵੀ ਔਂਕੜ ਜਦ ਰਿਮੂਵ ਹੋ ਜਾਂਦਾ ਕਿਸੇ ਵੀ ਨਾਉਣ ਦੇ ਥੱਲਿਓਂ ਉਹਦਾ ਮਤਲਬ ਕੀ ਹੁੰਦਾ ਹੈਗਾ? ਇਟ ਕੁਡ ਬੀ ਪਲੂਰਲ, ਸੋ ਪ੍ਰਾਪਰ ਰੂਲ ਤਾਂ ਹੋ ਨਹੀਂ ਸਕਦਾ ਹੈਗਾ। ਇਟ ਕੁਡ ਬੀ ਫੈਮਿਨਨ, ਰੱਬ ਜਿਹੜਾ ਹੈਗਾ ਜੈਂਡਰਲੈਸ, ਸੋ ਇਹ ਵੀ ਨਹੀਂ ਅਸੀਂ ਕਹਿ ਸਕਦੇ। ਤੀਸਰਾ ਹੁੰਦਾ ਹੈਗਾ ਵੀ ਕੋਈ ਨਾ ਕੋਈ ਪ੍ਰੈਪੋਜੀਸ਼ਨ ਹੁੰਦੇ ਐਸ ਪੋਸੀਬਿਲਿਟੀ। ਪਰ ਜਿਹੜਾ ਚੌਥਾ ਰੂਲ ਸੀਗਾ ਇਸੇ ਵਾਕੇਟਿਵ, ਓਕੇ ਵੀ ਹੇ ਪ੍ਰਭੂ ਇੱਦਾਂ ਆਉਂਦਾ ਹੈਗਾ। ਸੋ ਕੋਡ ਕਾ ਹੁਣ ਤੁਸੀਂ ਮੈਨੂੰ ਇਹਦੇ ਵਿੱਚ ਇਹ ਦੱਸੋ ਵੀ ਤੁਹਾਨੂੰ ਇਹ ਤੋਂ ਲੱਗਦਾ ਕਿਹਦੇ ਨਾਲ ਗੱਲ ਕਰ ਰਹੇ ਹੈਗੇ ਆ? ਸਬਜੈਕਟ ਇਹਦੇ ਵਿੱਚ ਪ੍ਰਭੂ ਤਾਂ ਜਿਹੜਾ ਹੈਗਾ ਉਹ ਤਾਂ ਪ੍ਰਭੂ ਅਸੀਂ ਉਹਨੂੰ ਐਡਰੈਸ ਕਰ ਰਹੇ ਹਾਂ ਵੋਕੇਟਿਵ ਲਈ। ਲਾਗਿਆ ਲਿਖਿਆ ਹੈਗਾ ਵੀ ਕਿਹਦੀ ਗੱਲ ਹੋ ਰਹੀ ਹੈਗੀ ਆ, ਕੌਣ ਲੱਗ ਹੈ? ਮਨੁੱਖ ਇਹ ਸਿੰਗੂਲਰ ਹੈ ਕਿ ਪਲੂਰਲ ਹੈ? ਇਹ ਪਲੂਰਲ ਆ, ਤਾਂ ਹੀ ਮੈਂ ਕਿਹਾ ਸੀ ਇਹਨੂੰ ਲਾਗੈ ਪੜ੍ਹਨਾ ਹੁੰਦਾ ਕਿਉਂਕਿ ਫਿਰ ਉਹਨਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਪਲੂਰਲ ਲਾਗੈ ਅਤੇ ਮਨੁੱਖ ਦੀ। ਆਨ ਦਾ ਮਤਲਬ ਕੀ ਹੁੰਦਾ? ਦੂਜੇ, ਕਿਉਂਕਿ ਆਪਾਂ ਕਵਰ ਕਰ ਚੁੱਕੇ ਹੋਰ ਪਾਸੇ। ਸਵਾਏ, ਸਵਾਏ ਦੇ ਕਈ ਮਤਲਬ ਹੁੰਦੇ ਹੈਗੇ ਆ, ਪੰਜ ਛੇ ਮਤਲਬ ਬਣ ਜਾਂਦੇ ਹੈਗੇ ਸਵਾਏ ਦੇ। ਸਵਾਏ ਦਾ ਮਤਲਬ ਸਵਾਦ, ਟੇਸਟ। ਟੇਸਟ ਇਹਦਾ ਕੋਈ ਜ਼ਰੂਰੀ ਨਹੀਂ ਵੀ ਜੀਭ ਦਾ ਟੇਸਟ, ਤੁਹਾਡੇ ਟੇਸਟ ਜਿਹੜੇ ਲਾਈਫ ਦੇ ਵਿੱਚ ਹੁੰਦੇ ਵੀ ਮੈਂ ਆਹ ਕਰਨਾ ਉਹ ਕਰਨਾ। ਆਮ ਟਾਕਿੰਗ ਅਬਾਊਟ ਦੋਜ਼ ਕਾਈਂਡ ਆਫ ਟੇਸਟ, ਐਵਰੀਥਿੰਗ ਇਜ਼ ਇਨਕਲੂਡਿੰਗ ਇਨ ਦੋਜ਼ ਟੇਸਟ। ਜਾਂ ਫਿਰ ਹੋਰ ਕੰਮਾਂ ਦੇ ਵਿੱਚ, ਆਨ ਹੋਰ ਕੰਮਾਂ ਦੇ ਵਿੱਚ, ਇਹਦਾ ਮਤਲਬ ਲੋਭ ਵੀ ਹੁੰਦਾ, ਲਾਭ ਵੀ ਹੁੰਦਾ ਹੈਗਾ। ਲੋਭ ਨਹੀਂ, ਆਮ ਸੋਰੀ, ਲਾਭ ਵੀ ਹੋ ਸਕਦਾ ਹੈਗਾ। ਸਵਾਏ ਦਾ ਮਤਲਬ ਮਨੋਰਥ ਵੀ ਹੋ ਸਕਦਾ ਹੈਗਾ, ਓਬਜੈਕਟਿਵ ਵੀ ਹੁੰਦਾ ਹੈਗਾ, ਡਿਪੈਂਡ ਕਰਦਾ ਕਿਸ ਕਾਲ 'ਚ। ਇਹਦੇ ਵਿੱਚ ਇੱਥੇ ਜਿੱਥੇ ਆਇਆ ਟੇਸਟ ਤਾਂ ਫਿਰ ਦੀ ਗੱਲ ਹੋ ਰਹੀ ਹੈਗੀ ਆ। ਨਾਨਕ ਦੇ ਥੱਲੇ ਫਿਰ ਔਂਕੜ ਨਹੀਂ, ਕੀ ਮਤਲਬ ਹੋਇਆ? ਵਾਕਟਿਵ ਅਗੇਨ, ਹੇ ਨਾਨਕ, ਉਹ ਨਾਨਕ ਕਹੂ, ਕਹੂ ਦਾ ਮਤਲਬ ਕੁਝ ਵੀ ਨਹੀਂ, ਕਹੂ ਨਾ। ਸੀਜੀ, ਸੀਜੀ ਹੁੰਦੀ ਹੈਗੀ ਆ ਕਿਸੇ ਵੀ ਚੀਜ਼ ਦੀ ਸਫਲਤਾ ਪ੍ਰਾਪਤ ਕਰ ਲੈਣੀ, ਸਕਸੈਸ ਅਚੀਵ ਕਰ ਲੈਣੀ। ਓਕੇ, ਉਹ ਨਾ ਬਿਨ ਨਾਵੈ ਪਤ ਜਾਵੈ। ਹੁਣ ਜਾਏ ਨਾ ਜਾਵੇ ਪਤ ਜਾਏ, ਹੁਣ ਇਹਦੇ ਵਿੱਚ ਹੁਣ ਜੇ ਤੁਸੀਂ ਕਿਸੇ ਨੇ ਪੜ੍ਹਨਾ ਹੋਵੇ ਮੈਨੂੰ ਇਹ ਪੜ੍ਹ ਕੇ ਦਿਖਾ ਲਓ ਵੀ ਤੁਸੀਂ ਕਿੱਥੇ ਬਿੰਦੀ ਲਾਓਗੇ ਅਤੇ ਕਿੱਥੇ ਕੌਮਾਂ ਲਾਓਗੇ। ਐਨੀ ਵਾਲੰਟੀ ਆ? ਦੇਨਹਾਰ ਪ੍ਰਭ, ਦੇਨਹਾਰ ਪ੍ਰਭ ਛੋੜ ਕੇ ਲਾਗੇ ਹੈ ਆਨ ਸਹਾਰੇ, ਨਾਨਕ ਕਹੂੰ ਨਸੀਜੇ ਬਿਨ ਨਾਵੇ ਪਤ ਜਾਏ। ਥੋੜ੍ਹਾ ਜਿਹਾ ਜਾਣ ਨਾਨਕ ਦੇ ਵਿੱਚ, ਥੋੜ੍ਹਾ ਜਿਹਾ ਨਾਨਕ ਕਾਬੂ ਨਾ ਸੀ ਜੀ, ਇਹਦੇ ਉਹਦੇ ਵਿੱਚ ਥੋੜ੍ਹਾ ਜਿਹਾ ਇੱਦਾਂ ਕਰ ਦੇਣਾ ਸੀਗਾ ਤਾਂ ਨਾਨਕ ਕਾਬੂ ਨਾ ਸੀ ਜੀ ਨਾਲ, ਨਾਨਕ ਕਾਬੂ ਨਾ ਸੀ ਜੀ ਨਾਲ। ਵੈਰੀ ਗੁੱਡ। ਹੁਣ ਦੇਨਹਾਰ ਜਿਹੜਾ ਹੈਗਾ ਉਹਦੇ ਥੱਲੇ ਉਂਕ ਲੱਗਾ ਰਾਜੇ ਦੇ ਰਾਇਕ, ਉਹਦੇ ਅੱਗੇ ਪ੍ਰਭ,
ਹੁਣ ਮੈਂ ਤੁਹਾਨੂੰ ਇੱਕ ਰੂਲ ਦੱਸਿਆ ਸੀਗਾ ਵੀ ਜਿਹੜਾ ਵੀ ਜੇ ਉਹ ਐਜ ਇਟ ਮੰਨ ਲਓ ਅਸੀਂ ਇਹਨੂੰ ਯੂਜ਼ ਕਰੀਏ ਦੇਣਹਾਰ ਦਾ ਮਤਲਬ ਦ ਗਿਵਰ ਦੇਣ ਵਾਲਾ ਜੇ ਅਸੀਂ ਕਹੀਏ ਹੇ ਪ੍ਰਭੂ ਦੇਣ ਵਾਲੇ ਪ੍ਰਭੂ ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਡਿਫੀਕਲਟੀ ਆਉਂਦੀ ਹੈਗੀ ਗ੍ਰੈਮਰ ਵੱਲੋਂ ਫਿਰ ਜਿਹੜਾ ਦੇਣਹਾਰ ਹੋਣਾ ਸੀ ਉਹਦੇ ਥੱਲੇ ਉਹ ਕਰਨੀ ਸੀ ਹੋਣਾ ਚਾਹੀਦਾ ਕਿਉਂਕਿ ਉਹ ਨਾਊਨ ਦੇ ਨਾਲ ਇਹ ਓਬਜੈਕਟ ਜਿਹੜਾ ਹੁੰਦਾ ਦੈਟ ਵਿਲ ਫੋਲੋ ਦ ਸੇਮ ਰੂਲ ਔਂਕੜ ਉੱਡ ਜਾਣਾ ਸੀਗਾ ਨਹੀਂ ਇਸ ਕਰਕੇ ਇਹਨੂੰ ਥੋੜ੍ਹਾ ਜਿਹਾ ਜੁਦਾ ਰੱਖਣਾ ਹੈਗਾ ਜਾਂ ਮੀਨਿੰਗ ਕਰਨੇ ਹੈਗੇ ਇਸ ਨਾਲ ਕਿਉਂਕਿ ਜਦ ਔਂਕੜ ਲੱਗਾ ਦੇਣ ਹਾਰ ਪ੍ਰਭ ਛੋੜ ਕੈ ਦੈਸ ਓਕੇ ਪਰ ਮੀਨਿੰਗ ਕਰਨ ਲੱਗੇ ਖਿਆਲ ਦੇ ਵਿੱਚ ਰੱਖਣਾ ਵੀ ਉਹਦਾ ਐਜੀਟਿਵ ਹੈਗਾ ਕਿ ਨਹੀਂ ਇੱਥੇ ਬਹੁਤਾ ਫਰਕ ਨਹੀਂ ਪੈਂਦਾ ਹੈਗਾ ਬਹੁਤ ਸਾਰੇ ਥਾਂ ਦੇ ਉੱਤੇ ਕਾਫੀ ਫਰਕ ਪੈ ਜਾਂਦਾ ਹੈਗਾ ਇਸ ਕਰਕੇ ਮੈਂ ਇਸ ਚੀਜ਼ 'ਤੇ ਸਟ੍ਰੈਸ ਕਰ ਰਿਹਾ ਚਲੋ ਅੱਗੇ ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ ਨਾਨਕ ਕਹੂ ਨਾ ਸੀ ਜੀ ਬਿਨ ਰਾਵੈ ਪੱਤ ਜਾਵੇ ਹੁਣ ਇਹਦੇ ਵਿੱਚ ਸਾਰੇ ਮੀਨਿੰਗ ਜਿਹੜੇ ਹੈਗੇ ਆ ਥੱਲੇ ਹਰੇਕ ਚੀਜ਼ ਦੇ ਜਿਹੜੇ ਹੈਗੇ ਹੁਣ ਇਹ ਪਿਛਲੀ ਵਾਰੀ ਤੋਂ ਮੈਂ ਸ਼ੁਰੂ ਕੀਤਾ ਹੈਗਾ ਵੀ ਬਜਾਏ ਸੈਪਰੇਟ ਸਲਾਈਡ ਹੋਣ 'ਤੇ ਵੀ ਉਸ ਹੀ ਸਲਾਈਡ ਦੇ ਥੱਲੇ ਤੁਹਾਨੂੰ ਮੈਂ ਮੀਨਿੰਗ ਦੇ ਦੇਣੇ ਹੈਗੇ ਆ ਕਿਉਂਕਿ ਜਦ ਤੁਸੀਂ ਉਹ ਦੇਖਦੇ ਹੈਗੇ ਤੁਹਾਡੇ ਨਾਲ ਦੀ ਨਾਲ ਫੋਲੋ ਕਰ ਸਕੋ ਅੱਛਾ ਹੁਣ ਇਹਦੇ ਵਿੱਚ ਇਹ ਕਹਿਣਾ ਹੈਗਾ ਇੱਥੇ ਛੋਟਾ ਲਾਈਟ ਕੌਮਾ ਚਾਹੀਦਾ ਹੈਗਾ ਇਹਦੇ ਵਿੱਚ ਪਾਇਆ ਨਹੀਂ ਹੈਗਾ ਦਿਲ ਸ਼ੁੱਧ ਵੀ ਕੌਣ ਕਿਉਂਕਿ ਮੈਂ ਆਪਣੀ ਕਾਪੀ ਕੀਤੀ ਹੈ ਜਿੱਦਾਂ ਮੈਂ ਦੱਸਿਆ ਹੁਣ ਜਦ ਮੈਂ ਜਾਣਾ ਹੈਗਾ ਇਹਦੇ ਸਾਰੀ ਕਿਉਂਕਿ ਹੁਣ ਮੈਂ ਆਈ ਲੁੱਕ ਐਟ ਦੀਸ ਐਟ ਮਚ ਮੋਰ ਡੀਟੇਲ ਦੈਨ ਯੂ ਨੋ ਵੈਨ ਆਈ ਵਾਸ ਡੂਇੰਗ ਪ੍ਰੀਪੇਅਰਿੰਗ ਓਰੀਜਨਲੀ ਸੋ ਹੇ ਪ੍ਰਭੂ ਹੁਣ ਹੇ ਪ੍ਰਭੂ ਦ ਗਿਵਰ ਆਫ ਆਲ ਥਿੰਗ ਓਕੇ ਉਹਦੇ ਵਿੱਚ ਇਹ ਕਰਕੇ ਵੀ ਹੇ ਪ੍ਰਭੂ ਇਹਨੂੰ ਪੜ੍ਹਨਾ ਦਿੱਤਾ ਹੈਗਾ ਬਾਈ ਰਿਨਾਊਂਸਿੰਗ ਗਾਡ ਦ ਗਿਵਰ ਆਫ ਐਵਰੀਥਿੰਗ ਹੁਣ ਲਾਗੈ ਅਸੀਂ ਕਿਹਾ ਮਨੁੱਖ ਹੁਣ ਮਨੁੱਖ ਦੀ ਅਸੀਂ ਪਰਸਨ ਵੀ ਕਰ ਸਕਦੇ ਪਰ ਆਮ ਤੌਰ 'ਤੇ ਜਦ ਵੀ ਕਰਦੇ ਜੀਵ ਜਾਂ ਮੋਡਲ ਇਹਦਾ ਜਿਹੜਾ ਟ੍ਰਾਂਸਲੇਸ਼ਨ ਜਿਹੜਾ ਹੈਗਾ ਆਮ ਕਰ ਦਿੰਦੇ ਹੈਗੇ ਆ ਐਂਡ ਆਈ ਪ੍ਰੀਫਰ ਦੈਟ ਵੀ ਮੋਡਲ ਜਿਹੜਾ ਬੰਦਾ ਪੈਰਿਸ਼ਬਲ ਹੈਗਾ ਵੀ ਹੀ ਤਾਂ ਉਹ ਹੋਰ ਸਵਾਦਾਂ ਦੇ ਵਿੱਚ ਲੱਗਾ ਹੋਇਆ ਹੈਗਾ ਉਹੀ ਆ ਗਿਆ ਨਾ ਜਿਹੜਾ ਐਣੇ ਵਾਲਾ ਤਾਂ ਸੀਗਾ ਤਾਂ ਨਾਲ ਸੀਗਾ ਨਿਰਗੁਣ ਯਾਰ ਕਿਉਂਕਿ ਉਹ ਗੁਣ ਉਹਦੇ ਵਿੱਚ ਹੈ ਨਹੀਂ ਉਹ ਤਾਂ ਇਸ ਕਰਕੇ ਉਹ ਉਹਦੇ ਪਾਸੇ ਲੱਗਾ ਹੈਗਾ ਉਹਨਾਂ ਸਵਾਦਾਂ ਦੇ ਵਿੱਚ ਲੱਗਾ ਨਾਨਕ ਹੇ ਨਾਨਕ ਕਹੂੰ ਨਾ ਸੀ ਜੀ ਉਹ ਕਹਿੰਦੇ ਕਦੇ ਵੀ ਇਹਦੇ ਨਾਲ ਸਕਸੈਸ ਨਹੀਂ ਹੋ ਸਕਦੀ ਜੇ ਤੁਸੀਂ ਇਹਨਾਂ ਸਵਾਦਾਂ ਦੇ ਵਿੱਚ ਲੱਗੇ ਹੋ ਨਾ ਇਫ ਯੂ ਆਰ ਗੋਇੰਗ ਟੂ ਬੀ ਅਟੈਚਡ ਟੂ ਦੋਜ਼ ਅਦਰ ਟੇਸਟ ਅਦਰ ਅਫੇਅਰਸ ਬਿਨ ਨਾਵੈ ਪੱਤ ਜਾਏ ਇਹਦੇ ਵਿੱਚ ਅਸੀਂ ਸਾਰੀਆਂ ਆਸਪਦੀਆਂ ਦੇ ਵਿੱਚ ਪਹਿਲੀਆਂ ਜਿਹੜੀਆਂ ਚਾਰ ਸੀਗੀਆਂ ਬਹੁਤ ਵਾਰੀ ਦੇਖ ਚੁੱਕੇ ਹੈਗੇ ਵੀ ਨਾਮ ਤੋਂ ਬਗੈਰ ਜਿਹੜੀ ਹੈਗੀ ਤੁਹਾਡੀ ਕੋਈ ਓਨਰ ਨਹੀਂ ਹੈਗੀ ਨਾਮ ਤੋਂ ਬਗੈਰ ਤੁਹਾਡੇ ਨਾਲ ਆਹ ਹੋਣਾ ਉਹ ਸਾਰਾ ਕੁਝ ਜੋ ਕੁਛ ਸੀਗਾ ਉਹਦੇ ਵਿੱਚ ਦਿੱਤਾ ਹੈਗਾ ਰਾਈਟ ਉਹ ਵੀ ਹੈਵ ਆਲਰੇਡੀ ਕਵਰਡ ਇਟ ਇਹਦੇ ਵਿੱਚ ਮੁੜ ਕੇ ਉਹੀ ਰਿਪੀਟ ਕੀਤਾ ਹੈ ਵੀ ਜਿਹੜੀ ਤੁਹਾਡੀ ਓਨਰ ਹੈਗੀ ਆ ਨਾ ਯੂ ਵਿਲ ਨਾਟ ਹੈਵ ਦੈਟ ਵਨ ਵਿਦਆਊਟ ਨਾਮ ਉਹ ਜਿੰਨਾ ਕੁਛ ਮਰਜ਼ੀ ਕਰ ਹੁਣ ਇਹ ਤੋਂ ਤੁਸੀਂ ਦੱਸੋ ਜਦ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਸਲੋਕ ਹੁੰਦਾ ਹੈਗਾ ਉਹ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਆਸਪਦੀ ਦੇ ਵਿੱਚ ਕੀ ਕਵਰ ਕਰਨਾ ਹੈਗਾ ਹੁਣ ਵਟ ਵੁੱਡ ਯੂ ਕੰਕਲੂਡ ਫਰੋਮ ਦਿਸ ਸਲੋਕ ਯੂ ਨੋ ਵੀ ਕੀ ਇਹਦੇ ਵਿੱਚ ਕਵਰ ਕਰ ਰਹੇ ਹੈਗੇ
Anybody? ਇੱਕ ਤੇ ਪ੍ਰਭੂ ਦੀ ਗੱਲ ਕੀਤੀ ਹੈ ਐਂਡ ਪਲਸ ਨਾਮ ਪ੍ਰਭੂ ਤੇ ਨਾਮ ਹਾਉ ਦੇ ਆਰ ਇੰਟਰ ਰਿਲੇਟਿਡ ਦੂਜੀ ਜਨ ਦੱਸ ਸਕਦੀ ਜਸ ਸੇ ਦਾ ਦੂਜੀ ਦਾ ਮਤਲਬ ਨਾਮ ਦੇ ਬਾਰੇ ਵੀ ਗੱਲ ਹੋਊਗੀ ਨਾਮ ਸਿਮਰਨ ਜਾਂ ਕੁਛ ਹੋਰ ਪ੍ਰਭੂ ਦੀ ਵੀ ਗੱਲ ਹੋਣੀ ਹੈਗੀ ਜਾਂ ਨਾਮ ਤੇ ਸਿਮਰਨ ਦੀ ਵੀ ਹੋਣੀ ਹੈਗੀ ਤਾਂ ਹੋਰ ਕੀ ਗੱਲ ਹੋਊਗੀ ਸਵਾਦਾਂ ਦੀ ਵੀ ਗੱਲ ਹੋਊਗੀ ਤਾਂ ਨਾਲ ਜਾਣੀ ਇਹ ਵੀ ਕੀਤਾ ਹੈਗਾ ਵੀ ਇਹਨਾਂ ਦੇ ਸਵਾਦਾਂ ਦੇ ਵਿੱਚ ਲੱਗ ਕੇ ਵੀ ਤੂੰ ਪੱਤ ਜਿਹੜੀ ਹੈਗੀ ਉਹ ਪੂਰੀ ਨਹੀਂ ਪਾ ਸਕਦਾ ਸੋ ਦੈਟਸ ਪ੍ਰੀਟੀ ਮੱਚ ਸਮਝਾ ਵੀ ਹੁਣ ਸਲੋਕ ਜਿਹੜਾ ਹੈਗਾ ਉਹਨੇ ਸਾਨੂੰ ਐਨ ਇਸ਼ਾਰਾ ਕਰ ਦਿੱਤਾ ਹੈਗਾ ਗੁਰੂ ਸਾਹਿਬ ਨੇ ਕਿਹੜੀਆਂ ਗੱਲਾਂ ਕਰਨੀਆਂ ਹੈਗੀਆਂ ਇਸ ਆਸਪਦੀ ਦੇ ਵਿੱਚ ਓਕੇ ਨੈਕਸਟ ਵਨ ਹੁਣ ਸ਼ੁਰੂ ਜਿੱਥੋਂ ਹੁੰਦਾ ਅਗੇਨ ਜਿਹਨਾਂ ਘਰੇਲੂ ਕਹਿ ਰਿਹਾ ਆਲ ਦੀਸ ਥਿੰਗ ਬਾਏ ਦਾ ਵੇ ਜਿਹਨੂੰ ਜਿੱਦਾਂ ਮੈਂ ਅੱਗੇ ਵੀ ਦੱਸਿਆ ਸੀ ਆਈ ਹੈਵ ਨਾਟ ਰਿਸੀਵਡ ਐਨੀ ਇਨਪੁਟਸ ਵੀ ਜੇ ਤੁਹਾਨੂੰ ਕਿਤੇ ਲੱਗੇ ਵੀ ਕੋਈ ਬੈਰਰ ਵਰਡ ਹੈਗਾ ਵੀ ਜਿਹੜਾ ਡਿਸਕ੍ਰਾਈਬ ਕਰਦਾ ਹੈਗਾ ਰੰਜੀਲੋ ਕਹਿ ਰਹੇ ਪਲੀਜ਼ ਲੈਟ ਮੀ ਨੋ ਸੋ ਕਿਉਂਕਿ ਆਪਾਂ ਇਹਦੀ ਡਿਕਸ਼ਨਰੀ ਬਣਾ ਦੇਣੀ ਹੈ ਐਂਡ ਸਟਿਲ ਆਮ ਗੋਇੰ ਕੀਪ ਔਨ ਐਡਿੰਗ ਦੀਸ ਵਰਡ ਯੂ ਨੋ ਟੂ ਦ ਸੇਮ ਯੂ ਨੋ ਫਾਇਲ ਇਵੈਂਚੁਅਲੀ ਦੈਟ ਵਿਲ ਬਿਕਮ ਦ ਡਿਕਸ਼ਨਰੀ ਸੋ ਜਿਹੜੇ ਵੀ ਹੋ ਉਹ ਤੁਸੀਂ ਦੇਖੋ ਤਾਂ ਆਮ ਤੌਰ 'ਤੇ ਆਈ ਟਰਾਈ ਟੂ ਐਕਚੁਲੀ ਕਮ ਆਊਟ ਵਿਦ ਦ ਮੀਨਿੰਗ ਵਿਦ ਦ ਬੈਸਟ ਸੂਟਸ ਦੈਟ ਪਰਟੀਕੁਲਰ ਲਾਈਨ ਇਨ ਹੀਅਰ ਓਕੇ ਸੋ ਦਿਸ ਮੀਨ ਇਜ਼ ਲਿਮਿਟਡ ਬਾਈ ਮਾਈ ਕੈਪੇਬਿਲਿਟੀ ਔਫ ਡਿਟਰਮਿਨ ਵਿਚ ਇਜ਼ ਦ ਬੈਸਟ ਮੀਨਿੰਗ ਯੂ ਨੋ ਸੋ ਜੇ ਤੁਹਾਨੂੰ ਕੋਈ ਚੰਗਾ ਵੀ ਲੱਗੇ ਤਾਂ ਲੈਟ ਮੀ ਨੋ ਹੁਣ ਉਹ ਕਹਿੰਦੇ ਹੈਗੇ ਆ ਦਸ ਵਸਤੂ ਦੇ ਪਾਛੇ ਪਾਵੇ ਇੱਕ ਬਸ ਕਾਰਨ ਖੋਟ ਗਵਾਲਾ ਇੱਕ ਪੀਨਾ ਦੇ ਦਸ ਪੀ ਹਿਰਲੇ ਤੋ ਅੰਗਾ ਕੋ ਕਹਾ ਕਰੇ ਹੁਣ ਕਹਾ ਜਿਹੜਾ ਹੈਗਾ ਮੈਂ ਇਹਨੂੰ ਕਹਾ ਕਿਹਾ ਕਹਾਂ ਨੇ ਜੇ ਕਹਾਂ ਕਹਿੰਦੇ ਹੋ ਤਾਂ ਉਹ ਹੋ ਜਾਂਦਾ ਕਿੱਥੇ ਜਾਂ ਕਿੱਦਾਂ ਕਰੇ ਜੇ ਆ ਜਾਵੇ ਕਹਾ ਕਹਾ ਤਾਂ ਮਤਲਬ ਹੁੰਦਾ ਕੀ ਕਰੇ ਤਾਂ ਉਹਦੇ ਉੱਤੇ ਬਿੰਦੀ ਨਹੀਂ ਲਾਉਣੀ ਹੈਗੀ ਮੈਂ ਜਿੱਦਾਂ ਪਹਿਲਾਂ ਵੀ ਇਸ ਚੀਜ਼ 'ਤੇ ਸਟਰੈਸ ਆਈ ਕੀਪ ਔਨ ਸਟਰੈਸਿੰਗ ਦੈਟ ਵਨ ਵੀ ਜੇ ਜਿੰਨੀ ਬਿੰਦੀ ਉੱਤੇ ਲਾਉਣ ਨਾਲ ਸਾਨੂੰ ਮੀਨਿੰਗ ਅਰਥ ਦਾ ਸਮਝ ਆਉਂਦਾ ਜੇ ਅਸੀਂ ਰੋਂਦਾ ਤਾਂ ਉਨੇ ਅਨਰਥ ਵੀ ਉਹਦੇ ਹੋ ਜਾਣੇ ਹੈਗੇ ਆ ਸੋ ਵੀ ਗੱਲ ਵੀ ਕੇਅਰਫੁਲ ਜੇ ਨਹੀਂ ਪਤਾ ਲੱਗਦਾ ਜਸ ਟੇਕ ਵੇ ਦਿਸ ਵਿਦਆਊਟ ਦਾ ਬਿੰਦੀ ਦੋਵਾਂ ਦੇ ਵਿੱਚ ਜੇ ਤੁਹਾਨੂੰ ਪਿੱਕ ਕਰਨਾ ਪਵੇ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਕੋ ਕੀਜੈ ਸਭ ਨਮਸਕਾਰ ਜਾ ਕੇ ਮਨ ਲਾਗਾ ਪ੍ਰਭ ਮਿਠਾ ਸਭ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਥੋਕ ਨਾਨਕ ਤਿਨ ਪਾਇਆ ਮਗਲੀ ਲਾਈਨ ਦੇਖੋ ਹਮੇਸ਼ਾ ਜਿੱਦਾਂ ਮੈਂ ਦੱਸਿਆ ਹੈਗਾ ਇਹਦੇ ਉੱਤੇ ਤੁਹਾਨੂੰ ਇਸ ਸੈਂਸ ਮਿਲ ਜਾਂਦਾ ਹੈਗਾ ਵੀ ਤੁਸੀਂ ਕੀ ਕਰਨਾ ਹੈਗਾ ਤਾਂ ਉਹਦੇ ਵਿੱਚ ਉਹਦੇ ਦੱਸਿਆ ਹੁਣ ਅਸੀਂ ਇਹਨੂੰ ਦੱਸਿਆ ਵੀ ਹੋਰ ਪਾਸੇ ਲੱਗਾ ਓਕੇ ਦਸ ਵਸਤੂ ਲਏ ਕਿਉਂਕਿ ਜਿਹੜੀਆਂ ਵਾਹਿਗੁਰੂ ਦੀਆਂ ਦਿੱਤੀਆਂ ਚੀਜ਼ਾਂ ਹੈਗੀਆਂ ਨਾ ਉਹਨਾਂ ਦੇ ਬਾਰੇ ਦੱਸਿਆ ਸੀ ਕਿਉਂਕਿ ਐਵਰੀਥਿੰਗ ਗਾਡ ਹੈਜ਼ ਗਿਵਨ ਅਸ ਐਵਰੀਥਿੰਗ ਸਾਰੀਆਂ ਦਾਤਾਂ ਜਿਹੜੀਆਂ ਵਾਹਿਗੁਰੂ ਦੀਆਂ ਹੈਗੀਆਂ ਓਕੇ
ਹੁਣ ਜਿਹੜਾ ਬੰਦਾ ਹੈਗਾ, ਮੂੜਾ ਬੰਦਾ ਹੈਗਾ, ਗਿਆਨੀ ਬੰਦਾ ਹੈਗਾ, ਜਿਹੜਾ ਜਿਹਦੇ ਵਿੱਚ ਗੁਣ ਨੇ, ਕੀ ਹੁੰਦਾ ਹੈਗਾ? ਉਹ ਕੀ ਕਰਦਾ ਹੈਗਾ? ਉਹ ਤਾਂ ਸਾਰੀਆਂ ਲਈ ਜਾਂਦਾ। ਓਕੇ, ਜੇ ਦਸ ਵਸਤੂ, ਹੁਣ ਮੈਂ ਦਸ ਤਾਂ ਮਤਲਬ ਇਹ ਨਹੀਂ ਵੀ ਜਸ ਠੈਨ ਯੂ ਨੋ ਇਟਸ ਮੀਨ ਵੀ ਵਸਤਾਂ, ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਮਿਲਦੀਆਂ ਹੈਗੀਆਂ। ਇਹ ਐਗਜ਼ਾਮਪਲ ਯੂਜ਼ ਕੀਤੀ ਆ ਵੀ ਜੇ ਕਿਸੇ ਨੂੰ ਦਸ ਵਸਤੂ ਦੇ ਦਿਓ, ਵਿੱਚੋਂ ਇੱਕ ਨਾ ਦਿਓ ਤਾਂ ਵੀ ਉਹਦਾ ਕੀ ਹੁੰਦਾ। ਸਾਡੇ ਨਾਲ ਵੀ ਇੱਦਾਂ ਹੀ ਆ ਲਾਈਫ ਦੇ ਵਿੱਚ, ਇਨ ਯੂ ਨੋ ਵਰਲਡਲੀ ਥਿੰਗ। ਸਾਡਾ ਕੋਈ ਫਰੈਂਡ ਵੀ ਹੋਵੇ ਜਾਂ ਸਾਡੇ ਕੋਈ ਹੋਰ ਕਿਸੇ ਨਾਲ ਕੋਈ ਰਿਲੇਸ਼ਨਸ਼ਿਪ ਹੋਵੇ, ਰਿਸ਼ਤੇਦਾਰ ਹੋਵੇ, ਜਦ ਤਾਂ ਜਿੰਨੀ ਦੇਰ ਤਾਂ ਉਹ ਚੱਲੀ ਜਾਂਦੀਆਂ, ਉਹ ਦਸ ਚੀਜ਼ਾਂ ਜਿਹੜੀਆਂ ਅਸੀਂ ਨੈਵਰ ਕਾਊਂਟ, ਉਹ ਤਾਂ ਪਿੱਛੇ ਦੱਸ ਲੈਂਦੇ ਹਾਂ। ਜਿਹੜੀ ਨਹੀਂ ਕੀਤੀ ਉਹਦੇ ਉੱਤੇ ਜ਼ੋਰ ਦਿੱਤਾ ਵੀ ਆਹ ਮੇਰੇ ਨਾਲ ਨਹੀਂ ਕੀਤਾ ਹੈਗਾ। ਇਹੀ ਸਾਡਾ ਹਾਲ ਹੈਗਾ ਵਾਹਿਗੁਰੂ ਦੇ ਨਾਲ। ਵੈਨ ਵੀ ਡੂ ਦੈਟ, ਵਾਹਿਗੁਰੂ ਸਾਨੂੰ ਦਿੰਦਾ ਰਹਿੰਦਾ, ਅਸੀਂ ਕਦੀ ਰੋਸ ਨਹੀਂ ਦਿਖਾ ਕਰਦੇ ਹੈਗੇ ਜਾਂ ਖੁਸ਼ੀ ਦੱਸਦੇ ਹੈਗੇ ਵੀ ਹਾਏ ਵਾਹਿਗੁਰੂ ਤੇਰਾ ਹੁਣ ਥੈਂਕ ਯੂ ਇਸ ਚੀਜ਼ ਦਾ, ਉਹ ਤਾਂ ਭੁੱਲ ਜਾਂਦੇ ਹੈਗੇ ਆ। ਜਦ ਕੋਈ ਚੀਜ਼ ਨਹੀਂ ਕਰਦਾ ਹੈਗਾ, ਕਹਿਣਾ ਹੈ ਮੇਰੇ ਨਾਲ ਕਰ ਦਿੱਤੀ ਹੈਗੀ ਵਾਹਿਗੁਰੂ, ਮੈਂ ਕੀ ਕਰ ਬੈਠਾ ਹੈਗਾ ਵੀ ਜਿਹਦੇ ਕਰਕੇ ਮੇਰੇ 'ਤੇ ਇੰਨੀ ਕਰੋਪੀ ਕੀਤੀ ਹੈਗੀ ਆ। ਤਾਂ ਦੈਨ ਵੀ ਸਟਾਰਟ ਐਕਚੁਲੀ ਬਲੇਮਿੰਗ ਔਰ ਗਰੀਵਿੰਗ, ਫਿਰ ਸਾਨੂੰ ਉਹਦੇ ਉੱਤੇ ਉਲਾਂਭੇ ਦੇਣੇ ਸ਼ੁਰੂ ਕਰ ਦਿੰਦੇ ਵਾਹਿਗੁਰੂ ਨੂੰ ਤੈਂ ਇਹ ਕੀਤਾ ਹੈਗਾ। ਦੈਟਸ ਦਾ ਪੁਆਇੰਟ ਹੀਅਰ। ਦਸ ਵਸਤੂ ਲੈ ਪਾਛੇ ਪਾਵੈ ਵੀ ਜਿਹੜੀਆਂ ਮਿਲੀਆਂ ਸੀਗੀਆਂ, ਹੀ ਅਨਲੋਡ ਦੈਮ, ਪਾਛੇ ਪਾਵਦਾ ਰੱਖ ਲੈਂਦਾ। ਇੱਕ ਵਸਤ ਕਾਰਨ ਜਿਹੜੀ ਇੱਕ ਨਹੀਂ ਮਿਲੀ ਹੈਗੀ, ਬਿਖੋਟ। ਬਿਖੋਟ ਦਾ ਮਤਲਬ ਕੀ ਹੁੰਦਾ ਹੈਗਾ? ਜਿਹਦੇ ਵਿੱਚ ਖੋਟ ਹੋ ਗਏ। ਓਕੇ, ਬਿਖੋਟ ਨਾ ਹੋਵੇ, ਤੋਲਾ ਨਾ ਹੋਵੇ। ਬਿਖੋਟ ਖੋਟ ਤੋਂ ਇਲਾਵਾ ਨਾ ਹੋਵੇ, ਬਿਖੋਟ ਨਾ ਹੈ ਜੀ। ਇਹ ਇਹਦਾ ਬੇ ਬੇ ਕਈਆਂ ਥਾਂ 'ਤੇ ਆਉਂਦੇ ਹੈਗੇ ਜਿੱਦਾਂ ਵੀ ਇਹਦਾ ਖੋਟ ਦਾ ਮਤਲਬ, ਇਹ ਅਸਲੀ ਉਹ ਖੋਟ ਨਹੀਂ, ਮੈਂ ਆਮ ਸੌਰੀ ਆਈ ਨਾਲ ਇਹ ਬਿਖੋਟ ਦਾ ਮਤਲਬ ਅਸਲੀ ਤਾਂ ਇਹ ਹੁੰਦਾ ਹੈਗਾ ਵੀ ਕਿਸੇ ਚੀਜ਼ ਦੇ ਉੱਤੇ ਵੀ ਇਤਵਾਰ ਕਰਨਾ, ਟਰਸਟਵਰਥੀਨੈਸ। ਖੋਟ ਹੋ ਗਿਆ ਨਾ, ਉਹ ਤਾਂ ਉਲਟ ਹੋ ਗਿਆ, ਨਹੀਂ ਪਤਾ ਉਲਟ ਹੋਇਆ ਨਹੀਂ, ਇੱਥੇ ਨਹੀਂ ਆਉਂਦਾ। ਬਿਖੋਟ, ਬਿਖੋਟ, ਬਿਖੋਟ ਦਾ ਮਤਲਬ ਹੈਗਾ ਇਤਵਾਰ ਕਰਨਾ, ਇਤਵਾਰ। ਓਕੇ, ਕਿਸੇ ਨੂੰ ਟਰਸਟ ਕਰਨਾ। ਜਿਹੜੀ ਟਰਸਟਵਰਥੀਨੈਸ ਹੈਗੀ ਆ ਜਾਂ ਤੁਹਾਡੀ ਜਿਹੜੀ ਆਪਣੀ ਕ੍ਰੈਡੀਬਿਲਟੀ ਹੈਗੀ ਆ, ਉਹ ਸਾਰੀ ਜਾਂਦੀ ਲੱਗਦੀ ਹੈਗੀ ਆ। ਜਿਹੜਾ ਤੁਹਾਡਾ ਕੰਫੀਡੈਂਸ ਕਿਸੇ ਦੇ ਵਿੱਚ ਬਣਿਆ ਹੁੰਦਾ ਨਾ, ਉਸ ਬੰਦੇ ਦੇ ਵਿੱਚ ਜਿਹੜਾ ਤੁਹਾਡਾ ਕੰਫੀਡੈਂਸ ਜਾਂਦਾ ਲੱਗ ਜਾਂਦਾ, ਵੀ ਤੁਹਾਡੇ 'ਤੇ ਉਹਦਾ ਕੰਫੀਡੈਂਸ ਨਹੀਂ ਰਹਿੰਦਾ ਹੈਗਾ, ਇਤਵਾਰ ਨਹੀਂ ਰਹਿੰਦਾ ਹੈਗਾ। ਓਕੇ, ਤਾਂ ਬੰਦਾ ਕੀ ਕਰਦਾ ਹੈਗਾ ਇੱਦਾਂ ਕਰਨ ਦੇ ਨਾਲ? ਹੁਣ ਮੈਂ ਅੱਗੇ ਅੱਗੇ ਨਾਮ ਗੁਣ ਐਮਫਸਾਈਜ਼ ਦੇਣਾ, ਈਵਨ ਇਨ ਆਵਰ ਜਨਰਲ ਲਾਈਫ ਲੁੱਕ ਐਟ ਇਟ। ਸਾਡੇ ਨਾਲ ਵੀ ਇੱਦਾਂ ਹੀ ਹੁੰਦਾ, ਜੇ ਅਸੀਂ ਇੱਦਾਂ ਕਿਸੇ ਨਾਲ ਕਰੀ ਜਾਈਏ ਜਿਹਨੂੰ ਦਸ ਵਸਤੂ ਦਿੱਤੀਆਂ ਹੈਗੀਆਂ, ਜੇ ਇੱਕ ਕਾਰਨ ਉਹ ਮਾੜਾ ਜਿਹਾ ਗੁੱਸਾ ਕਰੇ ਤਾਂ ਸਾਡੇ ਮਨ ਦੇ ਵਿੱਚ ਵੀ ਰੋਸ ਆਉਂਦਾ ਵੀ ਇਸ ਬੰਦੇ ਨਾਲ ਮਿਲ ਕੇ ਕੀ ਕਰਨਾ ਹੈਗਾ, ਲੈ ਮਾੜੀ ਜਿਹੀ ਗੱਲ ਦੇ ਉੱਤੇ ਇਹਦਾ ਗੁੱਸਾ ਕਰ ਲਿਆ ਜਿਹਨੇ ਪਹਿਲੀਆਂ ਕੀਤੀਆਂ ਉਹਦੇ ਨੇ। ਸੋ ਇਸੇ ਕਰਕੇ ਉਹ ਕਹਿੰਦੇ ਵੀ ਇੱਥੇ ਨਹੀਂ, ਵੀ ਉਹ ਵਾਹਿਗੁਰੂ ਦੇ ਵਿੱਚ ਵੀ ਤੂੰ ਆਪਣਾ ਐਤਵਾਰ ਜਿਹੜਾ ਉਹ ਗਵਾ ਲੈਂਦਾ ਹੈ। ਵਾਹਿਗੁਰੂ ਤਾਂ ਵੀ ਉਹਦੇ ਵਿੱਚ ਫਿਰ ਯਕੀਨ ਨਹੀਂ ਰਹਿੰਦਾ, ਵਾਹਿਗੁਰੂ ਵੀ ਕਿਉਂ ਯਕੀਨ ਕਰੇ ਵੀ ਜੇ ਸਾਡਾ ਇਹ ਹੀ ਆ ਥੈਂਕ ਕਰਨਾ ਨੇ, ਜਿਹੜੀਆਂ ਗੱਲਾਂ ਹੈਗੀਆਂ ਜਿਹੜੀ ਹੋ ਗਈ ਹੈਗੀ ਆ ਉਹਦੇ ਦੇ ਉਲਾਂਭੇ ਦੇਈ ਜਾਣੇ ਹੈਗੇ ਆ। ਬੱਚਾ ਹੁੰਦਾ ਹੈਗਾ ਘਰ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਉਹ ਵੀ ਇੱਦਾਂ ਹੀ ਕਰਦਾ, ਜੇ ਉਹ ਕੋਈ ਚੀਜ਼ ਜੇ ਲਈ ਜਾਵੇ ਜੇ ਤੁਸੀਂ ਉਹਨੂੰ ਕਹਿ ਦਿਓ ਵੀ ਆਹ ਨਹੀਂ ਤੈਨੂੰ ਦੇਣ, ਤਾਂ ਉਹ ਗੁੱਸੇ ਹੋ ਜਾਂਦਾ ਹੈਗਾ। ਇੱਕ ਵਾਰੀ ਕਰ ਲੈਂਦੇ, ਦੋ ਵਾਰੀ ਕਰਦੇ, ਜੇ ਉਹਦੀ ਉਹ ਆਦਤ ਹੀ ਬਣ ਜਾਵੇ ਫਿਰ ਤੁਸੀਂ ਕਹਿੰਦੇ ਇਹਦੀ ਤਾਂ ਆਦਤ ਹੀ ਇਹ, ਇਹਨੂੰ ਕਰੀ ਜਾਂਦੇ ਜੋ ਕੁਛ ਵੀ ਕਰਦਾ। ਇਹੀ ਗੱਲ ਇੱਥੇ ਹੈਗੀ। ਓਕੇ, ਏਕ ਵੀ ਨਾ ਦੇ ਦਸ ਵੀ ਹਿਰ ਲੈ, ਹਿਰ ਦਾ ਮਤਲਬ ਹੁੰਦਾ ਟੁੱਟੇ ਕਵੇ। ਓਕੇ,
ਉਹ ਕਹਿੰਦੇ ਵੀ ਜੇ ਤੈਨੂੰ ਇੱਕ ਵੀ ਨਾ ਦਿੱਤੀ ਹੁੰਦੀ, ਇਫ ਹੀ ਡਿਡ ਨਾਟ ਗਿਵ ਯੂ ਈਵਨ ਅ ਸਿੰਗਲ ਥਿੰਗ, ਦਸ ਦੇ ਬਜਾਏ ਕੋਈ ਵੀ ਨਾ ਤੈਨੂੰ ਦਿੱਤੀ ਹੁੰਦੀ, ਤਾਂ ਜਿਹੜੀਆਂ ਤੈਨੂੰ ਆਹ ਦਸ ਵੀ ਦਿੱਤੀਆਂ ਉਹ ਵੀ ਜਿਹੜੀਆਂ ਪਹਿਲੀਆਂ ਵੀ ਦਿੱਤੀਆਂ ਉਹ ਵੀ ਤੇਰੇ ਤੋਂ ਲੈ ਲਵੇ, ਓਕੇ ਤੋ ਦੈਨ ਮੂੜਾ, ਹੁਣ ਫਿਰ ਮੂੜਾ ਆ ਗਿਆ ਜਿੱਦਾਂ ਉੱਥੇ ਪਹਿਲਾਂ ਆਏ ਸੀਗੇ ਵੀ ਜਾਨ ਨਿਰਗੁਣ, ਜਿੱਦਾਂ ਅਸੀਂ ਕਿਹਾ ਸੀਗਾ ਵੀ ਮੂੜਾ ਉੱਥੇ ਵੀ ਵਰਡ ਸਾਰੀ ਆਸਪਤੀ ਦੇ ਵਿੱਚ ਕਈ ਵਾਰੀ ਆਇਆ ਸੀਗਾ, ਉਹ ਕਹਿੰਦੇ ਫਿਰ ਉਹ ਫੂਲ ਜਿਹੜਾ ਹੈਗਾ ਉਹ ਕਹਿ ਨਹੀਂ ਜੋ ਜੇ ਰੱਬ ਤੁਹਾਤੋਂ ਜਿਹੜੀ ਦਸ ਵਸਤੂਆਂ ਦਿੱਤੀਆਂ ਉਹ ਵੀ ਲੈ ਲਵੇ ਤਾਂ ਜਿਹੜੀ ਇੱਕ ਤੁਸੀਂ ਮੰਗਦੇ ਸੀ ਉਹ ਵੀ ਨਾ ਦੇਵੇ ਤਾਂ ਤੁਸੀਂ ਕੀ ਕਰ ਲੈਣਾ, ਵਟ ਕੈਨ ਯੂ ਡੂ, ਓਕੇ ਥਿੰਕ ਅਬਾਊਟ ਦੈਟ ਵਨ। ਉਹ ਕਹਿੰਦੇ ਜਿਸ ਠਾਕੁਰ ਸਿਓ ਵੀ ਜੇ ਇਸ ਮੈਸਟਰ ਦੇ ਨਾਲ ਲੋਰਡ ਦੇ ਨਾਲ ਮਾਲਕ ਦੇ ਨਾਲ ਨਾਹੀਂ ਚਾਰਾ, ਜਿੱਥੇ ਤੁਹਾਡੀ ਕੋਈ ਪੇਸ਼ ਨਹੀਂ ਜਾਂਦੀ ਹੈਗੀ, ਕਿਉਂਕਿ ਉਹਦਾ ਇਹ ਤਾਂ ਹੈ ਨਹੀਂ ਉਹ ਵੀ ਉਹਨੇ ਕਿਸੇ ਨੂੰ ਪੁੱਛ ਕੇ ਕਰਨਾ ਹੈਗਾ ਵੀ ਮੈਂ ਇਹਦੇ ਲਈ ਆਹ ਕਰਾਂ ਜਾਂ ਨਾ ਕਰਾਂ ਜਾਂ ਕੁਛ ਕਰਾਂ, ਜੇ ਕੋਈ ਕਹਿੰਦਾ ਹੈਗਾ ਵੀ ਤੂੰ ਆਹ ਕਰ, ਉਹ ਕਿਸੇ ਦੀ ਮਥਾਜੀ ਥੱਲੇ ਤਾਂ ਹੈ ਨਹੀਂ ਵੀ ਉਹਨੇ ਕਰਨਾ ਹੈਗਾ, ਵੀ ਜਿਹੜਾ ਆਪ ਹੀ ਸਾਰਾ ਕੁਛ ਦਿੰਦਾ ਹੈਗਾ ਸਾਰਾ ਕੁਛ ਕਰਦਾ ਹੈਗਾ ਅਤੇ ਉਹਦੇ ਨਾਲ ਤੁਹਾਡਾ ਕੋਈ ਉਹਦੇ ਉੱਤੇ ਜ਼ੋਰ ਨਹੀਂ ਚੱਲ ਸਕਦਾ ਹੈਗਾ, ਓਕੇ ਯੂ ਕੈਨ ਨਾਟ ਫੋਰਸ ਹਿਮ ਟੂ ਐਕਚੁਅਲੀ ਗਿਵ ਯੂ ਸਮਥਿੰਗ, ਤੁਹਾਡਾ ਉੱਥੇ ਕੋਈ ਪੇਸ਼ ਨਹੀਂ ਜਾਣੀ ਹੈਗੀ, ਤਾਂ ਕੋ ਕੀਜੈ ਸਤਿਨਾਮ ਸਕਾਰ। ਸੋ ਇਸ ਕਰਕੇ ਕਹਿੰਦੇ ਵੀ ਬੈਸਟ ਇਹੀ ਆ ਤਾਂ ਕੋ, ਤਾਂ ਨਹੀਂ ਕਹਿਣਾ ਹੈਗਾ ਤਾਂ ਕੋ, ਤਾਂ 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 ਕੰਜੰਕਸ਼ਨ ਹੁੰਦਾ ਹੈਗਾ ਐਂਡ ਵਾਲਾ, ਤਾਂ ਉਸ ਉਸ ਵਾਹਿਗੁਰੂ ਨੂੰ ਸਦਾ ਨਮਸਕਾਰ ਕਰਦਾ ਰਹੇ ਵੀ ਉਹਦੀ ਰਿਸਪੈਕਟ ਕਰ, ਉਹਨੂੰ ਥੈਂਕ ਕਰ ਸਕਦੇ ਵੀ ਜਿੱਥੇ ਉਹ ਤੁਹਾਨੂੰ ਦਿੰਦਾ ਹੈਗਾ ਉਹਦੇ ਅੱਗੇ ਅਰਦਾਸਾਂ ਕਰ, ਕਿਉਂਕਿ ਉਹੀ ਦੇਣ ਵਾਲਾ ਹੈਗਾ ਵੀ ਤੂੰ ਉਹਦੇ ਉਹਨੂੰ ਨਮਸਕਾਰ ਕਰ। ਜਾ ਕੇ ਮਨ ਲਾਗਾ, ਹੁਣ ਮਨ ਨੰਨੇ ਨੂੰ ਸਿਆਰੀ ਲੱਗੀ ਆ, ਓਕੇ ਪ੍ਰਭ ਮਿੱਠਾ, ਜਿਸ ਦੇ ਮਨ ਵਿੱਚ ਪ੍ਰਭੂ ਮਿੱਠਾ ਲੱਗਦਾ ਹੈ, ਕਹਿਣ ਦਾ ਮਤਲਬ ਕੀ ਹੋਇਆ ਪ੍ਰਭੂ ਮਿੱਠਾ ਲੱਗਦਾ, ਇਹ ਤਾਂ ਹੈ ਨਹੀਂ ਵੀ ਹੁਣ ਇੱਥੇ ਪ੍ਰਸ਼ਾਦ ਮਿਲ ਗਿਆ ਜਾਂ ਕੋਈ ਮਿਸ਼ਰੀ ਮਿਲ ਗਈ ਹੈਗੀ ਆ, ਮਿੱਠੇ ਦਾ ਮਤਲਬ ਇਹ ਹੈਗਾ ਵੀ ਜਿਹੜਾ ਜੋ ਕੁਛ ਵੀ ਪ੍ਰਭੂ ਕਰਦਾ ਹੈਗਾ ਵੀ ਉਹਨੂੰ ਐਕਸੈਪਟ ਕਰਦਾ ਹੈਗਾ, ਉਹਨੂੰ ਉਹਦੇ ਉੱਤੇ ਕੋਈ ਰੋਸ ਨਹੀਂ ਹੈਗਾ, ਓਕੇ ਤਾਂ ਉਹ ਉਹਦਾ ਪਾਣਾ ਮੰਨਦਾ ਹੈਗਾ। ਜਾ ਕੇ ਮਨ ਲਾਗਾ ਪ੍ਰਭ ਮਿੱਠਾ, ਸਰਬ ਸੁਖ ਕਾਬੂ ਮਨ ਬੂਠਾ, ਬੂਠਾ ਦਾ ਮਤਲਬ ਹੁੰਦਾ ਆ ਜਾਣਾ ਕਿਸੇ ਚੀਜ਼ ਨੇ, ਓਕੇ ਕਮਸ ਟੂ ਰਿਜ਼ਾਈਡ। ਹੁਣ ਇਹਦੇ ਵਿੱਚ ਕੀ ਹੋਇਆ ਹੈਗਾ, ਉਹ ਕਹਿੰਦੇ ਵੀ ਉਹ ਬੰਦਾ ਜਿਹੜਾ ਹੈਗਾ ਕੌਣ ਹੁੰਦਾ ਹੈਗਾ ਵੀ ਜਿਹਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈਗਾ, ਉਹ ਗੁਰਮੁਖ ਬੰਦਾ ਹੈਗਾ ਜਿਹਨੇ ਗੁਰੂ ਦੇ ਲੜਦੇ ਵਿੱਚ ਲੱਗ ਕੇ ਗੁਰੂ ਨੇ ਜੋ ਕੁਛ ਦੱਸਿਆ ਹੈ ਉਹੀ ਕੁਛ ਉਹ ਕਰਦਾ ਹੈਗਾ। ਸੋ ਉਹ ਕੀ ਕਰਦੇ ਹੈ ਕਿ ਕਹਿੰਦੇ ਉਹ ਬੰਦਾ ਜਿਹੜਾ ਹੈਗਾ ਉਹ ਫਿਰ ਸਾਰੇ ਸੁੱਖ ਲੈ ਲੈਂਦਾ, ਹੀ ਓਬਟੇਨਸ ਆਲ ਦਾ ਕੰਫਰਟਸ ਆਫ ਲਾਈਫ। ਬਾਹੂ ਮਨ ਬੂਠਾ, ਅਤੇ ਜਿਹੜਾ ਉਹ ਗੁਰਮੁਖ ਹੁੰਦਾ ਹੈਗਾ ਜਿਹੜਾ ਗੁਰੂ ਦੇ ਸਨਮੁਖ ਹੋਇਆ ਹੁੰਦਾ ਹੈਗਾ ਬੰਦਾ, ਉਹਦੇ ਸਿਰਦੇ ਘਰ ਦੇ ਵਿੱਚ ਆ ਕੇ ਵਾਹਿਗੁਰੂ ਰਹਿਣ ਲੱਗ ਪੈਂਦਾ ਹੈਗਾ। ਦ ਗਾਡ ਟੇਕਸ ਅਵਾਈ ਇਨ ਹਿਸ ਹਾਰਟ, ਉਸ ਬੰਦੇ ਦੇ ਗੁਰਮੁਖ ਬੰਦੇ ਦੇ। ਜਿਸ ਜਨ ਆਪਣਾ ਹੁਕਮ ਮਨਾਇਆ, ਹੁਣ ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪਾਠ ਕਰਦੇ ਕਹਿੰਦੇ ਹੈਗੇ ਹਾਂ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ
ਕਿਰਸ ਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਨੂੰ ਜਾਏ ਚੱਲਣਾ, ਉਹਦੇ ਵਿੱਚ ਦੱਸਿਆ ਸੀ ਕਿ ਸਾਡੀ ਕੂੜ ਦੀ ਪਾਲ ਕਿੱਦਾਂ ਟੁੱਟ ਸਕਦੀ ਹੈਗੀ ਆ, ਰਾਈਟ? ਉਹ ਕਹਿੰਦੇ ਵੀ ਉਹਦੇ ਹੁਕਮ ਚੱਲੋ, ਸਟੇ ਇਨ ਇਟ, ਹੁਕਮ ਦੇ ਵਿੱਚ ਚੱਲਣ ਦਾ ਕੀ ਮਤਲਬ ਹੈਗਾ, ਵੀ ਉਹਦਾ ਪਾੜਾ ਮੰਨੋ, ਜੋ ਕੁਛ ਉਹ ਕਰਦਾ ਹੈਗਾ ਐਕਸੈਪਟ, ਜੋ ਕੁਛ ਕਹਿੰਦਾ ਹੈਗਾ ਉਹ ਕਰੋ, ਜੋ ਕੁਛ ਕਹਿੰਦੇ ਹੈਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਾਰਾ ਕੁਛ ਦੱਸਿਆ ਵੀ ਅਸੀਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਹੈਗਾ, ਦੈਟਸ ਵਾਟ ਵੀ ਆਰ ਗੋਇੰਗ ਟੂ, ਜਿਹੜਾ ਉਹਦਾ ਹੁਕਮ ਹੈਗਾ ਨਾ, ਜਿਸ ਜਨ ਹੁਕਮ ਜਿਹੜਾ ਮੰਨਣਾ ਹੈਗਾ, ਐਵਰੀਬਾਡੀ ਇਜ਼ ਇਨ ਹਿਜ਼ ਹੁਕਮ, ਚਾਹੇ ਕੋਈ ਵਾਹਿਗੁਰੂ ਨੂੰ ਵੀ ਮੰਨਦਾ ਹੈਗਾ ਜਾਂ ਨਹੀਂ ਮੰਨਦਾ, ਹੀ ਇਜ਼ ਸਟਿਲ ਇਨ ਹਿਜ਼ ਹੁਕਮ, ਕਿਉਂਕਿ ਉਹਨੇ ਸਾਨੂੰ ਫਰੀਡਮ ਔਫ ਚੋਇਸ ਦਿੱਤੀ ਹੈ, ਤੇਰੀ ਮਰਜ਼ੀ ਹੈਗੀ ਹੈ, ਤੈਂ ਮੇਰੇ ਪੱਲੇ ਲੱਗਣਾ ਹੈਗਾ ਨਹੀਂ ਲੱਗਣਾ ਹੈਗਾ, ਤੈਂ ਮੇਰੇ ਨਾਲ ਯੂਨਾਈਟ ਕਰਨਾ ਹੈਗਾ, ਜਾਂ ਜੋ ਕੁਛ ਜਿਹੜੀਆਂ ਚੀਜ਼ਾਂ ਦੇ ਵਿੱਚ ਰਲੀਆਂ ਰੰਗ ਰਲੀਆਂ ਮਾਰ ਰਿਹਾ ਹੈਗਾ, ਇਫ ਯੂ ਵਾਂਟ ਟੂ ਕੰਟੀਨਿਊ ਦੈਟਸ ਫਾਈਨ ਵਿਦ ਗੋਡ, ਉਹ ਵੀ ਉਹਦਾ ਹੁਕਮ ਹੈ, ਬੰਦਾ ਉਹ ਵੀ ਹੁਕਮ ਪ੍ਰਿਪੇਕ ਕਰ ਸਕਦਾ, ਇਧਰਲਾ ਹੁਕਮ ਵੀ ਕਰ ਸਕਦਾ ਵੀ ਗੁਰਮੁਖ ਵੱਲ ਦਾ ਪਾਸਾ ਜਿਹੜਾ ਹੈਗਾ ਵੀ ਆਈ ਵਾਂਟ ਟੂ ਐਕਚੁਲੀ ਗੋ ਥਰੂ ਦ ਗੁਰੂ ਐਂਡ ਬਿਕਮ ਵਨ ਵਿਦ ਯੂ, ਪਰ ਇਹਨਾਂ ਦੇ ਵਿੱਚੋਂ ਉਹ ਆਪ ਹੀ ਮਨਾਉਂਦਾ, ਤਾਂ ਹੀ ਉਹਨਾਂ ਨੇ ਆਪਣਾ ਹੁਕਮ ਮਨਾਇਆ, ਕਿ ਇੱਥੇ ਇਹ ਨਹੀਂ ਕਿਹਾ ਹੈਗਾ ਜਿਸ ਜਨ ਹੁਕਮ ਮਨਾਇਆ, ਆਪਣਾ ਜਿਹਦਾ ਉਹਦਾ ਆਪਣਾ ਹੁਕਮ ਹੈਗਾ ਜਿਹਨੂੰ ਉਹ ਮਨਾ ਲੈਂਦਾ ਹੈਗਾ, ਕਹਿਣ ਦਾ ਮਤਲਬ ਜਿਹਨੂੰ ਉਹਨੇ ਗੁਰਮੁਖ ਬਣਾਉਣਾ ਹੁੰਦਾ ਹੈ ਨਾ, ਉਹਦੇ ਲੇਖ ਪਹਿਲਾਂ ਲਿਖੇ ਹੁੰਦੇ ਹੈਗੇ ਵੀ ਇਹਨੇ ਗੁਰਮੁਖ ਮੰਨਣਾ ਹੈਗਾ, ਗੁਰੂ ਨੂੰ ਮਿਲੂਗਾ ਜਿਹੜਾ ਫਿਰ ਗੁਰੂ ਨੂੰ ਮਿਲੂਗਾ, ਗੁਰੂ ਦੇ ਦੱਸੇ ਰਾਸਤੇ ਦੇ ਉੱਤੇ ਜਦ ਬੰਦਾ ਚੱਲਣ ਲੱਗ ਪੈਂਦਾ ਹੈਗਾ, ਤਾਂ ਫਿਰ ਕੀ ਕਰਦਾ ਹੈਗਾ ਉਹਨੂੰ ਫਿਰ ਉਹ ਆਪਣਾ ਹੁਕਮ ਜਿਹੜਾ ਹੈਗਾ ਇਸ ਪਾਸੇ ਵਾਲਾ ਹੁਕਮ ਜਿਹੜਾ ਗੁਰਮੁਖ ਵਾਲਾ ਉਹ ਮਨਾ ਲੈਂਦਾ ਹੈ, ਉਹਦੇ ਸਰਬ ਥੋਕ, ਥੋਕ ਕੀ ਹੁੰਦਾ ਹੈ, ਆਲ ਦ ਥਿੰਗ, ਮੈਂ ਥੱਲੇ ਵੀ ਲਿਖਿਆ ਹੈਗਾ ਵੀ ਜਾਣੀ ਜਸਟ ਕਹਿਣ ਦਾ ਮਤਲਬ ਕੋਈ ਵੀ ਕਹਿਣਾ ਆਹ ਤਾਂ ਚੀਜ਼ਾਂ ਸਾਰੀਆਂ ਥੋਕ 'ਚ ਲਿਆਂਦੀਆਂ ਹੈਗੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਕੁਛ ਵੀ ਹੈਗਾ ਐਵਰੀਥਿੰਗ, ਜਿਹੜਾ ਐਕਚੁਲੀ ਸਰਬ ਥੋਕ, ਸਰਬ ਦਾ ਮਤਲਬ ਐਵਰੀਥਿੰਗ, ਨਾਨਕ ਤਿੰਨ ਪਾਸਾ, ਉਹ ਨਾਨਕ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜੋ ਕੁਛ ਉਹਨੂੰ ਚਾਹੀਦਾ ਹੈਗਾ, ਜਿਹਨਾਂ ਦੇ ਪਿੱਛੇ ਉਹ ਦੌੜ ਭੱਜ ਕਰ ਰਿਹਾ ਹੈਗਾ ਉਹਨੂੰ ਸਾਰੀਆਂ ਮਿਲ ਜਾਂਦੀਆਂ। I'm going to again caution you on one thing. Don't try to think about that one thing that be hun sara kuch jehda bhi gurmukh ban gaya oh ne ta ameeran da ameer ban jana hega ode kol bahut wealth aa jani ode kol aa jani hai. Don't think that way. Think the other way. Oh jehda banda hunda ode layi they are nothing. Appa piche aspadiyan de vich kar chuke hage kyunki he is content. ਜੋ ਕੁਛ ਵੀ ਵਾਹਿਗੁਰੂ ਕਰਦਾ ਹੈਗਾ ਉਹਦਾ ਪਾਣਾ ਜਿਹੜਾ ਹੈਗਾ ਜਦ ਉਹਨੂੰ ਮਿੱਠਾ ਲੱਗਦਾ ਹੈਗਾ ਜੋ ਕੁਛ ਵੀ ਉਹਨੇ ਕੀਤਾ ਹੈਗਾ ਹੀ ਇਜ਼ ਕੰਟੈਂਟ ਵਿਦ ਇਟ ਹੀ ਇਜ਼ ਸੈਟਿਸਫਾਈਡ ਵਿਦ ਇਟ ਓਕੇ ਉਹਨੂੰ ਮਿਲ ਜਾਂਦੀ ਉਹਨਾਂ ਫਿਰ ਕੀ ਹੁੰਦਾ ਹੈਗਾ ਐਜ਼ ਅ ਮੈਟਰ ਆਫ ਫੈਕਟ ਮੈਂ ਇੱਥੇ ਤਾਂ ਇਹ ਵੀ ਕਹਿਣ ਨੂੰ ਤਿਆਰ ਹੈਗਾ ਜਿਹੜਾ ਬੰਦਾ ਕੰਟੈਂਟ ਹੋਊਗਾ ਆਪਣੀ ਲਾਈਫ ਦੇ ਵਿੱਚ ਸੈਟਿਸਫਾਈਡ ਹੋਊਗਾ ਨਾ ਹੀ ਵਿਲ ਪ੍ਰੋਗਰੈਸ ਟੂ ਕਿਉਂਕਿ ਉਹਦੇ ਉੱਤੇ ਜਿਹੜੀਆਂ ਐਨਜ਼ਾਇਟੀਜ਼ ਹੁੰਦੀਆਂ ਹੋਰ ਪਰੀਜ਼ ਹੁੰਦੀਆਂ ਉਹਦੇ ਵਿੱਚ ਕੋਈ ਫਿਰ ਰੁਕਾਵਟ ਨਹੀਂ ਪਾਉਂਦੀਆਂ ਹੈਗੀਆਂ ਜੋ ਕੁਛ ਉਹਨੇ ਕਰਨਾ ਹੁੰਦਾ ਜੇ ਇਸ ਚੀਜ਼ ਦੇ ਉੱਤੇ ਇਹਨੂੰ ਕੰਸਨਟਰੇਟ ਕਰਨਾ ਹੁੰਦਾ ਉਹ ਨੈਚੁਰਲੀ ਉਹ ਦੂਏ ਪਾਸੇ ਵੀ ਹੋ ਜਾਂਦਾ ਪਰ ਮੇਰਾ ਕਹਿਣ ਦਾ ਮਤਲਬ ਡੋਂਟ ਟਰਾਈ ਟੂ ਟੇਕ ਇਟ ਲਿਟਰਲ ਮੀਨਿੰਗ ਆਫ ਸੇਮ ਦੈਟ ਵੀ ਹੁਣ ਸਾਨੂੰ ਪੈਸੇ ਹੀ ਮਿਲ ਜਾਣੇ ਆ ਜਾਂ ਧਨ ਮਿਲ ਜਾਣਾ ਹੈਗਾ ਕਿਉਂਕਿ ਹੀ ਇਜ਼ ਕੰਟੈਂਟ ਮੈਂ ਤੁਹਾਨੂੰ ਆਪ ਇੱਕ ਵਾਰੀ ਐਗਜ਼ਾਮਪਲ ਵੀ ਦਿੱਤੀ ਸੀਗੀ ਭਾਈ ਨੰਦ ਲਾਲ ਜੀ ਦੀ ਸੇਮ ਥਿੰਗ ਉਹਦੇ ਵਿੱਚ ਇਹੀ ਆ ਵੀ ਜਦ ਉਹ ਕੰਟੈਂਟ ਹੋ ਜਾਂਦਾ ਉਹਦੀਆਂ ਡਿਜ਼ਾਇਰ ਨਹੀਂ ਰਹਿ ਜਾਂਦੀਆਂ ਹੈਗੀਆਂ ਹੀ ਡਜ਼ਨਟ ਵਾਂਟ ਦੋਜ਼ ਥਿੰਗਸ ਐਨੀ ਮੋਰ ਜਦ ਮੈਨਾਂ ਵਿੱਚ ਸੰਗੀਤਾ ਪਿਕਟ ਅਪ ਵੈਰੀ ਗੁੱਡ ਯੂ ਨੋ ਵੈਨ ਸ਼ੀ ਟਾਕਡ ਅਬਾਊਟ ਯੂ ਨੋ ਐਕਚੁਅਲੀ ਵਨ ਟਾਈਮ ਕਪਲ ਆਫ ਮੰਥਸ ਬੈਕ ਸ਼ੀ ਵਾਜ਼ ਟਾਕਿੰਗ ਅਬਾਊਟ ਦ ਸੇਵਾ ਐਂਡ ਸ਼ੀ ਮੇਡ ਦੈਟ ਪੁਆਇੰਟ ਯੂ ਨੋ ਐਂਡ ਆਈ ਵਾਜ਼ ਵੈਰੀ ਪ੍ਰਾਊਡ ਆਫ ਇਟ ਐਂਡ ਮੈਨਾਂ ਵਿੱਚ ਉਹ ਕਲਾਸ ਤੋਂ ਬਾਅਦ ਇਹਨੇ ਜਦ ਕੀਤਾ ਨਾ
So I knew it. She picked up that point very well. And she is going to do tomorrow too, Sukhmani Sahib. Example deti. Okay. ਹੁਣ ਇਹਦੇ ਵਿੱਚ ਤੁਸੀਂ ਦੇਖ ਲਿਆ ਨਾ ਵੀ ਉਹਦੇ ਵਿੱਚ ਦੱਸਿਆ ਪਹਿਲੀ ਦੇ ਵਿੱਚ ਇਹ ਕਹਿਤਾ ਵੀ ਤੂੰ ਦਸਾਂ ਚੀਜ਼ਾਂ ਮਗਰ ਜਿਹੜੀਆਂ ਤੈਨੂੰ ਦਿੱਤੀਆਂ ਸੀਗੀਆਂ ਉਹ ਲੈ ਕੇ ਰੱਖ ਲਈ ਕਹਿਣ ਦਾ ਮਤਲਬ ਜੋ ਦਮ ਆਇਆ ਮਗਰ ਦੌੜ ਭੱਜ ਕਰਦਾ ਰਹਿੰਦਾ ਇਕੱਠੀਆਂ ਕਰਦਾ ਰਹਿੰਦਾ ਉਹਨਾਂ ਨੂੰ ਪਿੱਛੇ ਰੱਖ ਲੈਣਾ ਪਰ ਅਸਲੀ ਉਹ ਦਾਤਾਂ ਹੀ ਆ ਵਾਹਿਗੁਰੂ ਦੀਆਂ ਉਹਨਾਂ ਨੂੰ ਤਾਂ ਛੱਡ ਕੇ ਉਹਦਾ ਥੈਂਕ ਯੂ ਤਾਂ ਕਰਨ ਦੇ ਥਾਂ 'ਤੇ ਜਿਹੜੀ ਨਹੀਂ ਮਿਲੀ ਉਹਦਾ ਤੂੰ ਰੋਜ਼ ਕਰਦਾ ਪਰ ਉਹਦੇ ਵਿੱਚ ਜਿਹੜੀ ਮਗਰਲੀ ਲਾਈਨ ਸੀਗੀ ਉਹਦੇ ਵਿੱਚ ਹੁਣ ਦੱਸ ਦਿੱਤਾ ਵੀ ਜੇ ਤਾਂ ਇਹ ਚੀਜ਼ਾਂ ਲੈਣੀਆਂ ਤਾਂ ਸੁੱਖ ਲੈਣਾ ਹੈਗਾ ਅਤੇ ਸੁੱਖ ਕਰਕੇ ਹੀ ਇਹ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨਾ ਤਾਂ ਤੂੰ ਕੀ ਕਰਨਾ ਹੈਗਾ ਤਾਂ ਪ੍ਰਭੂ ਦੇ ਪਾਣੀ ਨੂੰ ਮਿੱਠਾ ਕਰਕੇ ਮਾਨ ਤਾਂ ਸਾਰੇ ਤੈਨੂੰ ਸੁੱਖ ਜਿਹੜੇ ਮਿਲ ਜਾਣਗੇ ਓਕੇ ਹੁਣ ਦੂਜੀ ਹੁਣ ਮੈਂ ਜਾਣ ਕੇ ਜਿਹੜਾ ਸੀਗਾ ਵਰਡ ਅਗਨਤ ਇਹਨੂੰ ਉਹਨੂੰ ਸੈਪਰੇਟ ਕਰ ਦਿੱਤਾ ਸ਼ਾਹ ਆਪਣੀ ਦੇਹ ਰਾਸ ਹੁਣ ਜੇ ਮੈਂ ਇਹਨੂੰ ਨਾ ਕਰਦਾ ਸੈਪਰੇਟ ਹੋਣ ਦਾ ਕੀ ਹੋਣਾ ਸੀਗਾ ਅਗਨਤ ਸ਼ਾਹ ਅਸੀਂ ਪੜ੍ਹ ਜਾਣਾ ਸੀਗਾ ਕਹਿਣ ਦਾ ਮਤਲਬ ਉਹਦੇ ਅਗਨਤ ਕਾਊਂਟਲੈਸ ਸ਼ਾਹ ਹੈਗੇ ਆ ਸ਼ਾਹ ਦਾ ਮਤਲਬ ਕੀ ਹੁੰਦਾ ਉਹ ਬੰਦਾ ਉਹ ਬੈਂਕਰ ਕਹਿੰਦਾ ਉਹ ਜਾਂ ਜਿਹਦੇ ਕੋਲ ਸਾਰਾ ਕੈਪੀਟਲ ਮਨੀ ਪਈ ਹੋਵੇ ਉਹ ਦੂਇਆਂ ਨੂੰ ਦਿੰਦਾ ਹੈਗਾ ਜਾਂ ਜਿਹੜਾ ਦਾਤਾ ਦੇਣ ਵਾਲਾ ਹੈਗਾ ਦ ਗਿਵਰ ਜਨੋ ਵੀ ਟਾਕਟ ਅਬਾਊਟ ਉਹਨੂੰ ਸ਼ਾਹ ਕਿਹਾ ਸ਼ਾਹ ਤਾਂ ਵਾਹਿਗੁਰੂ ਨੂੰ ਕਿਹਾ ਉਹ ਤਾਂ ਅਗਨਤ ਹੈ ਨਹੀਂ ਇਸ ਹਿਸਾਬ ਨਾਲ ਇਹਦੇ ਵਿੱਚ ਇਹ ਕਿਹਾ ਅਗਨਤ ਸ਼ਾਹ ਆਪਣੀ ਦੇਹ ਰਾਸ ਅਗਨਤ ਰਾਸ ਦੇ ਨਾਲ ਲੱਗਦਾ ਹੈਗਾ ਵੀ ਉਹ ਜਿਹੜਾ ਸ਼ਾਹ ਹੈਗਾ ਰਾਸ ਦਾ ਮਤਲਬ ਹੁੰਦਾ ਪੂੰਜੀ ਕੈਪੀਟਲ ਜੋ ਕੁਛ ਵੀ ਤੁਹਾਨੂੰ ਲਾਈਫ ਦੇ ਵਿੱਚ ਚੀਜ਼ ਚਾਹੀਦੀ ਹੈਗੀ ਆ ਸਰਵਾਈਵ ਕਰਨ ਲਈ ਸਸਟੇਨੈਂਸ ਲਈ ਉਹ ਜਿਹੜੀ ਪੂੰਜੀ ਅਸੀਂ ਲੈ ਕੇ ਆਏ ਹੈਗੇ ਹਾਂ ਨਾਲ ਉਹ ਨਾਲ ਨਾਮ ਦਾ ਵੀ ਸਾਨੂੰ ਇਸ ਜੇ ਉਹਦੇ ਪੂੰਜੀ ਨੂੰ ਐਜ਼ ਏ ਟ੍ਰੇਡਰ ਯਾਨੀ ਇਨਵੈਸਟ ਕਰਕੇ ਅਸੀਂ ਉਹਨੂੰ ਵਧਾਉਣਾ ਹੈਗਾ ਅਸੀਂ ਨਾਮ ਦਾ ਖੱਟਾ ਖੱਟਣੀ ਖੱਟਣੀ ਹੈਗੀ ਆ ਉਹ ਜਿਹੜੀ ਚੀਜ਼ ਹੈਗੀ ਹੈ ਨਾ ਉਹ ਜਿਹੜੀ ਪੂੰਜੀ ਸਾਨੂੰ ਦਿੱਤੀ ਹੈ ਜੋ ਕੁਛ ਵੀ ਉਹ ਦਿੰਦਾ ਹੈਗਾ ਜਿਹੜੀਆਂ ਚੀਜ਼ਾਂ ਸਾਨੂੰ ਦਿੰਦਾ ਹੈਗਾ ਉਹ ਅਗੰਤ ਆ ਓਕੇ ਉਹ ਕਹਿੰਦੇ ਹੈਗੇ ਅਗੰਤ ਸ਼ਾਹ ਆਪਣੀ ਦੇਹ ਰਾਸ ਖਾਤ ਪੀਤ ਵਰਤ ਹੈ ਆਨੰਦ ਉਲਾਸ ਖਾਤ ਪੀਤ ਆਮ ਜਾਣੀ ਇਹ ਕਹਾਵਤ ਹੈ ਖਾਂਦਾ ਪੀਂਦਾ ਕਹਿੰਦਾ ਉਹ ਤਾਂ ਖਾਂਦਾ ਪੀਂਦਾ ਮਰ ਗਿਆ ਕਹਿਣ ਦਾ ਮਤਲਬ ਹੁੰਦਾ ਵੀ ਵਾਇਲ ਹੀ ਵਾਜ ਯੂ ਨੋ ਐਕਚੁਲੀ ਈਟਿੰਗ ਐਂਡ ਡਰਿੰਕਿੰਗ ਕਹਿਣ ਦਾ ਮਤਲਬ ਚੰਗੀ ਲਾਈਫ ਰਹਿੰਦਾ ਹੋਇਆ ਸਾਰਾ ਕੁਛ ਕਰਦਾ ਹੋਇਆ ਆਹ ਜਿਹੜੀ ਰਾਸ ਦਿੱਤੀ ਹੈਗੀ ਆ ਜਿਹਦੇ ਵਿੱਚ ਬਹੁਤ ਚੀਜ਼ਾਂ ਹੈਗੀਆਂ ਖਾਦ ਪੀਤ ਵਰਤੇ ਉਹਨਾਂ ਦਾ ਯੂਜ ਕਰਦਾ ਹੈਗਾ ਹੀ ਯੂਜ ਦੈ ਵਾਇਲ ਲਿਵਿੰਗ ਇਜ਼ ਲਾਈਫ ਓਕੇ ਖਾਂਦਾ ਪੀਂਦਾ ਜਦ ਹੈਗਾ ਕਰਦਾ ਆਨੰਦ ਉਲਾਸ ਆਨੰਦ ਕਹਿਣ ਦਾ ਮਤਲਬ ਹੀ ਇਜ਼ ਰੈਵਲਿੰਗ ਖੁਸ਼ੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਲੱਗਾ ਹੋਇਆ ਇਹਦਾ ਮਤਲਬ ਇਹ ਨਹੀਂ ਹੋਇਆ ਵੀ ਉਹਨੂੰ ਹੁਣ ਦੂਆ ਆਨੰਦ ਮਿਲ ਗਿਆ ਵੀ ਜਿਹਦੇ ਨਾਲ ਹੁਣ ਕੋਈ ਨਹੀਂ ਮਿਲਦਾ ਹੈਗਾ ਇਹ ਆਨੰਦ ਉਲਾਸ ਦਾ ਮਤਲਬ ਹੈਗਾ ਵੀ ਬੜਾ ਖੁਸ਼ ਹੋ ਕੇ ਉਹ ਜਿਹੜਾ ਚੀਜ਼ਾਂ ਹੈਗਾ ਹੀ ਇਜ਼ ਰੈਵਲਿੰਗ ਇਨ ਦੀਸ ਥਿੰਗ ਯੂ ਨੋ ਐਕਚੁਲੀ ਡੂਇੰਗ ਦੈਟ ਖੁਸ਼ੀ ਦੇ ਵਿੱਚ ਆਪਣੀ ਅਮਾਨ ਇੱਥੇ ਵਰਡ ਜਿਹੜਾ ਹਾਂਜੀ ਉੱਚੀ ਬੋਲਣਾ ਪੈਣਾ ਕੈਨ ਯੂ ਟ੍ਰਾਂਸਲੇਟ ਦੈਟ ਫਰਸਟ ਪਾਰਟ ਅਗੇਨ ਦ ਫਰਸਟ ਲਾਈਨ ਅਗੰਤ ਸ਼ਾ ਅਗਨ ਸ਼ਾ ਖਾਸ ਵੀ ਸਾਰੇ ਓਕੇ ਸਾਰੇ ਦਾ ਓਕੇ ਵਟ ਦੇ ਆਰ ਸੇਇੰਗ ਹੇਅਰ ਇਜ਼ ਦ ਵਾਹਿਗੁਰੂ ਗਿਵਜ਼
the mortal. You know, the lot of capital. Okay? Khat peet, capital the mother of okay? Khat peet varte. And he uses that, okay, all the time to live his life. Anandalas, and he is actually enjoying it, living it joyfully, you know, actually doing that. ਉਹਦੀਆਂ ਜਿਹੜੀਆਂ ਦਾਤਾਂ ਦਿੱਤੀਆਂ ਆਈਆਂ ਉਹ ਹੀ ਖਾ ਖਾ ਕੇ ਸਾਰਾ ਅਲਾਮਾ ਫੇਰ ਜਦੋਂ ਪਹਿਲੀ ਵਾਰੀ ਅਸੀਂ ਕੀਤਾ ਜਿਹੜੀ ਨਹੀਂ ਮਿਲੀ ਉਹਦਾ ਫੇਰ ਅਲਾਮਾ ਦੇਣ ਨੂੰ ਤਿਆਰ ਹੋ ਜਾਂਦਾ ਇਹਨਾਂ ਦਾ ਥੈਂਕ ਯੂ ਨਹੀਂ ਕਰਨਾ ਉਸ ਚੀਜ਼ ਦਾ ਅਲਾਮਾ ਦੇਣ ਲੱਗ ਪੈਣਾ ਹੈਗਾ ਦੱਸ ਇਹ ਇਸ਼ਾਰਾ ਉੱਧਰ ਨੂੰ ਜਾ ਰਿਹਾ ਹੈਗਾ ਆਪਣੀ ਅਮਾਨ ਕਛ ਬੋਹਰ ਸ਼ਾਹ ਲੇ ਅਮਾਨ ਅਮਾਨ ਵਰਡ ਹੁੰਦਾ ਹੈਗਾ ਅਮਾਨ ਹੁੰਦਾ ਹੈਗਾ ਵੀ ਉਹ ਚੀਜ਼ ਜਿਹੜੀ ਤੁਹਾਨੂੰ ਕਿਸੇ ਨੇ ਦਿੱਤੀ ਹੋਵੇ ਵੀ ਤੁਸੀਂ ਇਹਨੂੰ ਸੰਭਾਲ ਕੇ ਰੱਖਿਓ ਉਹ ਤੁਹਾਡੀ ਨਹੀਂ ਬਣ ਜਾਂਦੀ ਉਹਦੀ ਚੀਜ਼ ਹੈਗੀ ਹੈ ਜਿਹਨੇ ਤੁਹਾਨੂੰ ਦਿੱਤੀ ਆ ਜਦ ਉਹਨੂੰ ਫਿਰ ਲੋੜ ਪਈ ਤਾਂ ਉਹਨੇ ਕਿਹਾ ਸੀ ਜਿਹਨੂੰ ਦੇਣੇ ਉਸ ਤੋਂ ਬਾਅਦ ਜਦ ਤੁਸੀਂ ਦੇਣੀ ਹੈਗੀ ਆ ਤੁਸੀਂ ਉਹਨੂੰ ਸਾਂਭ ਕੇ ਰੱਖਿਆ ਤੁਸੀਂ ਉੱਦਾਂ ਦੀ ਉਹਨੂੰ ਦਿੰਦੇ ਹੈਗੇ ਆ ਉਹਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਹੁੰਦਾ ਤਾਂ ਵਾਪਸ ਕਰ ਦਿੰਦੇ ਹੈਗੇ ਚੀਜ਼ ਜਿਹੜੀ ਦਿੱਤੀ ਹੋਵੇ ਇੱਥੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਜਦ ਅਸੀਂ ਹੁਣ ਗੱਲਾਂ ਕਰ ਰਹੇ ਹੈਗੇ ਹਾਂ ਵੀ ਜੋ ਕੁਛ ਵੀ ਸਾਨੂੰ ਮਿਲਿਆ ਹੈਗਾ ਸਾਡੀ ਬੋਡੀ ਮਿਲੀ ਹੈਗੀ ਸਾਡਾ ਆਪਣਾ ਤਨ ਮਿਲਿਆ ਸਾਨੂੰ ਅੱਖਾਂ ਮਿਲੀਆਂ ਹੈਗੀਆਂ ਨੱਕ ਮਿਲਿਆ ਹੈਗਾ ਸਾਰਾ ਕੁਛ ਇਹ ਸਾਨੂੰ ਤਾਤਾ ਦਾ ਵਾਹਿਗੁਰੂ ਨੇ ਦਿੱਤੀਆਂ ਹੁਣ ਸਾਨੂੰ ਕੋਈ ਨਾ ਕੋਈ ਬੇਟਾ ਮਿਲ ਜਾਂਦਾ ਪੁੱਤਰ ਮਿਲ ਜਾਂਦਾ ਉਹ ਵੀ ਜਿਹੜੀ ਹੈਗੀ ਆ ਉਹਦੀ ਅਮਾਨ ਦਿੱਤੀ ਹੈਗੀ ਆ ਅਸੀਂ ਤਾਂ ਕਹਿੰਦੇ ਨਾ ਵੀ ਮੇਰਾ ਪੁੱਤਰ ਹੈਗਾ ਮਮਤਾ ਦੇ ਵਿੱਚ ਆ ਕੇ ਨੋ ਗਾਡ ਗੇਵ ਯੂ ਟੂ ਬ੍ਰਿੰਗ ਹਿਮ ਅਪ ਉਹਦੀ ਉਹਦੀ ਦਾਤ ਹੈਗੀ ਵੀ ਇਹਨੂੰ ਸੰਭਾਲ ਕੇ ਰੱਖੀ ਕਿਉਂਕਿ ਉਸ ਬੰਦੇ ਨੇ ਵੀ ਆਪਣਾ ਜੀਵਨ ਜਿਹੜਾ ਹੈਗਾ ਵੀ ਹੀ ਗੁਣ ਵੀ ਕੰਮ ਬਣ ਵਿਦ ਗਾਡ ਦੈਟ ਦ ਸੋਲ ਪਰਪਸ ਆਫ ਹਿਊਮਨ ਬੀਇੰਗ ਉਹਦੀ ਅਮਾਨ ਦਿੱਤੀ ਹੋਈ ਆ ਤੁਹਾਨੂੰ ਉਹ ਤੁਸੀਂ ਕੋਈ ਆਪਣੇ ਜੋੜ ਨਾਲ ਨਹੀਂ ਲੈ ਲਈ ਹੈਗੀ ਜਾਂ ਆਪਣੀ ਹਿੰਮਤ ਦੇ ਨਾਲ ਨਹੀਂ ਲੈ ਲਈ ਉਹਨੇ ਦਿੱਤੀ ਹੈਗੀ ਆ ਤੁਸੀਂ ਉਹਨੂੰ ਸਾਂਭ ਕੇ ਰੱਖਣਾ ਹੁੰਦਾ ਦਾਤਾ ਨੂੰ ਇਹ ਬਹੁਤ ਅਸੀਂ ਇਹਨੂੰ ਭੁੱਲ ਜਾਂਦੇ ਹੈਗੇ ਹਾਂ ਦ ਰੀਜ਼ਨ ਆਮ ਸਟ੍ਰੈਸਿੰਗ ਦੈਟ ਵਨ ਕਿਉਂਕਿ ਕੀ ਹੁੰਦਾ ਹੈਗਾ ਜੋ ਕੁਛ ਵੀ ਰਿਸ਼ਤੇਦਾਰ ਜਾਂ ਪੁੱਤ ਧੀ ਜਾਂ ਜੋ ਕੁਛ ਵੀ ਦਿੱਤਾ ਹੁੰਦਾ ਜਦ ਕੋਈ ਮਰ ਜਾਂਦਾ ਤਾਂ ਫਿਰ ਅਸੀਂ ਕਹਿੰਦੇ ਹਾਂ ਵੀ ਤੈਂ ਮੇਰੇ ਨਾਲ ਕੀ ਕੀਤਾ ਵਾਹਿਗੁਰੂ ਤੂੰ ਇਹ ਕੀ ਕੀਤਾ ਮੇਰੇ ਨਾਲ ਕਿਉਂ ਇੱਦਾਂ ਇਹ ਭੁੱਲ ਜਾਂਦਾ ਵੀ ਇਹ ਉਹਦੀ ਅਮਾਨ ਸੀਗੀ ਉਹਨੇ ਚੀਜ਼ ਦਿੱਤੀ ਸੀ ਜਿਹਦੀ ਚੀਜ਼ ਸੀਗੀ ਉਹਨੇ ਮੁੜ ਕੇ ਲੈ ਲਿਆ ਸੀ ਤਾਂ ਪੁਆਇੰਟ ਇਸ ਵੈਰੀ ਇੰਪੋਰਟੈਂਟ ਪੁਆਇੰਟ ਟੂ ਐਕਲੀਨੈਸ ਤਾਂ ਹੀ ਤੁਸੀਂ ਉਹਦਾ ਭਾਣਾ ਮੰਨ ਸਕਦੇ ਹੈਗੇ ਹਾਂ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਇਸ ਪਰਸਪੈਕਟਿਵ ਦੇ ਨਾਲ ਦੇਖੋਗੇ ਵੀ ਇਹ ਮੇਰੀ ਚੀਜ਼ ਨਹੀਂ ਸੀਗੀ ਇਹ ਵਾਹਿਗੁਰੂ ਦੀ ਚੀਜ਼ ਦਿੱਤੀ ਹੋਈ ਸੀਗੀ ਉਹਨੇ ਇਹ ਵਾਪਸ ਲੈ ਲਈ ਹੈਗੀ ਆ ਇੱਥੇ ਵੀ ਹੁਣ ਉਹੀ ਪੁਆਇੰਟ ਜਿਹੜਾ ਹੈਗਾ ਕਿਸੇ ਵੀ ਚੀਜ਼ ਲਈ ਮੈਂ ਤਾਂ ਉਹ ਤੁਹਾਨੂੰ ਐਜ਼ ਏ ਪੁੱਤਰ ਦੀ ਤਾਂ ਐਗਜ਼ਾਮਪਲ ਦਿੱਤੀ ਹੈਗੀ ਆ ਜਿੰਨੀਆਂ ਵੀ ਚੀਜ਼ਾਂ ਉਹਦੀਆਂ ਦਿੱਤੀਆਂ ਹੋਈਆਂ ਹੈਗੀਆਂ ਉਹਦੇ ਬਾਰੇ ਗੱਲ ਹੋ ਰਹੀ ਆ ਉਹ ਕਹਿੰਦੇ ਆਪਣੀ ਆ ਨਾ ਉਹਦੇ ਨਾਲ ਮੋਰੇ ਆਪਣੀ ਇਸ ਹਿਜ਼ ਉਹਨੇ ਆਪਣੀ ਅਮਾਨ ਜਿਹੜੀ ਸੀਗੀ ਨਾ ਕਛ ਬਹੁਤ ਸ਼ਾਲ ਦੇ ਜੇ ਕਿਤੇ ਉਹ ਵਾਪਸ ਲੈ ਲਏ ਬਹੁਤ ਦਾ ਮਤਲਬ ਹੁੰਦਾ ਮੁੜ ਕੇ ਕਿਸੇ ਚੀਜ਼ ਨੂੰ ਲੈ ਲੈਣਾ ਓਕੇ ਜਦੋਂ ਕਿਤੇ ਵਾਪਸ ਲੈ ਲੈਂਦਾ ਹੈਗਾ ਅਗਿਆਨੀ ਉਹ ਆ ਗਿਆ ਨਾ ਜਿੱਦਾਂ ਅਸੀਂ ਪਹਿਲਾਂ ਕਹਿ ਸੀਗੇ ਨਿਰਗੁਣਿਆਰ ਅਗਿਆਨੀ ਹੁਣ ਇਹਦੇ ਵਿੱਚ ਕਿਹਾ ਮੂੜਾ ਵੀ ਕਹੀ ਵਰਤਦਾ
ਹੁਣ ਫਿਰ ਕਿਆ ਅਗਿਆਨੀ, ਕਿਉਂਕਿ ਉਹ ਬੰਦੇ ਨੂੰ ਗਿਆਨ ਨਹੀਂ ਹੈਗਾ, ਉਹਨੂੰ ਪਤਾ ਨਹੀਂ ਵੀ ਇਹ ਉਹਦੀ ਅਮਾਨ ਹੈਗੀ, ਉਹਨੇ ਦਾਤ ਦਿੱਤੀ ਹੈਗੀ ਆ, ਉਹ ਇਸ ਚੀਜ਼ ਨੂੰ ਸਮਝਦਾ ਨਹੀਂ ਹੈਗਾ, ਇਸ ਕਰਕੇ ਉਹਦੇ ਮਨ ਦੇ ਵਿੱਚ ਰੋਸ ਆ ਜਾਂਦਾ ਹੈਗਾ, ਉਹ ਫਿਰ ਰੋਸ ਕਰਦਾ ਹੈਗਾ. ਓਕੇ, ਦੈਨ ਐਕਚੁਲੀ ਹੀ ਕੰਪਲੇਨਸ ਇਨ ਕੰਪਲੇਂਟ ਅਬਾਊਟ ਇਟ, ਆਪਣੇ ਮਨ ਦੇ ਵਿੱਚ ਰੋਸ ਦਾ ਮਤਲਬ ਜਿਹੜੀ ਹੈਗੀ ਐਂਗਰ ਫੀਲ ਕਰਨ ਲੱਗ ਪੈਂਦਾ ਹੈਗਾ. ਉਹ ਕਹਿੰਦਾ ਵੀ ਹੈ ਵਾਹਿਗੁਰੂ ਨੇ ਮੈਨੂੰ ਇਹ ਕਰ ਦਿੱਤੀ ਹੈਗੀ. ਓਕੇ, ਹੁਣ ਉਹਦੇ ਵਿੱਚ ਪਤਝਾਏ ਵਾਲਾ ਆਇਆ ਸੀ ਨਾ, ਮੈਂ ਤੁਹਾਨੂੰ ਦੱਸਿਆ ਵੀ ਕਿੱਦਾਂ ਇਹ ਰਿਲੇਟਡ ਹੁੰਦੇ ਹੈਗੇ ਆ, ਵੀ ਸਲੋਕ ਦੇ ਨਾਲ ਅਸਤਜੀ ਦਾ ਕੀ ਰਿਲੇਸ਼ਨਸ਼ਿਪ ਹੁੰਦਾ. ਰੋਸ ਰੋਸ ਦਾ ਐਂਗਰ ਨਾਲੋਂ ਪ੍ਰੋਟੈਸਟ ਕਰਨਾ ਠੀਕ ਨਹੀਂ ਹੈ. ਰੋਸ ਪ੍ਰੋਟੈਕਟ, ਉਹ ਤਾਂ ਹੁਣ ਜਿਹੜਾ ਆਪਣੇ ਜਿਹੜਾ ਕਿਸੇ ਦਾ ਗਿਲਾ ਕਰਨਾ, ਗਰੀਵੈਂਸ ਕਰਨਾ ਜਿਹੜਾ ਹੁੰਦਾ ਕਿਸੇ ਦੇ ਉੱਤੇ, ਉਹ ਰੋਸ ਹੁੰਦਾ ਹੈਗਾ. ਸਾਰੀਆਂ ਸਾਰੀਆਂ ਦਾਤਾਂ ਵਿੱਚੋਂ ਕੁਛ ਦਾਤ, ਇੰਨੀਆਂ ਦਾਤਾਂ ਵਿੱਚੋਂ ਕੁਛ, ਸਾਰੀਆਂ ਨਹੀਂ ਲਈਆਂ, ਇੰਨੀਆਂ ਦਾਤੋਂ ਆਪਣੀ ਇਮਾਨ ਕੱਚ ਬਾਹਰ ਸਹੋਲੇ. ਗਿਆਨੀ ਹੁਣ ਸਾਨੂੰ ਅਗਿਆਨੀ ਕਿਹਾ, ਸਾਨੂੰ ਹੀ ਕਿਹਾ ਆ ਵੀ ਇਹ ਨਾ ਸਮਝੋ ਵੀ ਕੋਈ ਹੋਰ ਗੁੱਸਾ ਕਰਦਾ, ਅਸੀਂ ਨਹੀਂ ਕਰਦੇ ਹੈਗੇ, ਵੀ ਆ ਪਾਰਟ ਆਉਂਦਾ. ਫਿਰ ਸਾਡੇ ਮਨ ਦੇ ਵਿੱਚ ਜਿਹੜਾ ਹੈਗਾ ਰੋਸ ਆ ਜਾਂਦਾ ਹੈਗਾ, ਸਾਡੇ ਮਨ ਦੇ ਵਿੱਚ ਗਿਲਾ ਆ ਜਾਂਦਾ ਵਾਹਿਗੁਰੂ ਲਈ, ਤੈਂ ਵਾਹਿਗੁਰੂ ਨੇ ਵਾਪਸ ਕਾਹਤੇ ਲੈ ਲਿਆ. ਠੀਕ ਹੈ, ਆਪਣੀ ਪ੍ਰਤੀਤ, ਆਪਣੀ ਪ੍ਰਤੀਤ, ਪ੍ਰਤੀਤ ਹੁੰਦਾ ਵੀ ਯਕੀਨ, ਜਿਹੜਾ ਤੁਸੀਂ ਆਪਣਾ ਯਕੀਨ ਬਣਾ ਲਿਆ ਸੀਗਾ ਜਾਂ ਟਰੱਸਟ ਬਣਾਇਆ ਸੀਗਾ, ਉਹ ਕੀ ਕੀਤਾ, ਆਪ ਹੀ ਖੋਵੇ, ਉਹ ਬੰਦਾ ਆਪ ਹੀ ਖੋ ਲੈਂਦਾ, ਕਿਉਂਕਿ ਹੁਣ ਰੋਸ ਕਰਦਾ ਹੈਗਾ, ਜਦ ਦਿੱਤੀਆਂ ਉਦੋਂ ਥੈਂਕ ਯੂ ਨਹੀਂ ਕੀਤਾ, ਜਿਹੜੀ ਚੀਜ਼ ਨਹੀਂ ਮਿਲੀ ਹੈਗੀ ਉਹਦੇ 'ਤੇ ਹੁਣ ਗਿਲਾ ਕਰਦਾ ਹੈਗਾ. ਸੋ ਦੈਟਸ ਵਾਈ ਜਿਹੜੀ ਆਪਣੀ ਉਹ ਪ੍ਰਤੀਤ ਆਪ ਹੀ ਖੋਵੇ ਬਹੁਤ, ਉਹ ਕਹਿੰਦਾ ਮੁੜ ਕੇ ਉਸ ਦਾ ਵਿਸ਼ਵਾਸ ਨਾ ਰਹੇ, ਮੁੜ ਕੇ ਉਹਦਾ ਜਿਹੜਾ ਕੋਈ ਵੀ ਟਰੱਸਟ ਨਹੀਂ ਰਹਿ ਜਾਂਦਾ ਹੈਗਾ, ਇਸ ਨਾਲ ਟਰੱਸਟਡ ਹੈਗੇ. ਸੋ ਅਸੀਂ ਆਪਣਾ ਟਰੱਸਟ ਜਿਹੜਾ, ਅਸੀਂ ਟਰੱਸਟਵਰਦੀਨੈਸ ਜਿਹੜੀ ਹੈਗੀ ਹੈ ਅਰਨ ਕਰਨੀ ਹੈਗੀ ਆ, ਵੀ ਹੈਵ ਟੂ ਐਕਚੁਲੀ ਕੀਪ ਇਟ, ਅਸੀਂ ਇਹਨੂੰ ਲੂਜ਼ ਕਰਨਾ ਹੈਗਾ ਬਾਈ ਆਵਰ ਐਕਸ਼ਨ. ਉਹ ਜਿਹੜੇ ਹੈਗੇ ਸਵਾਏ ਜਿਹੜੇ ਆਪਣੇ ਸਾਡੇ ਟੇਸਟ ਆ ਉਹਨਾਂ ਦੇ ਵਿੱਚ ਫੇਅਰ ਦੇ ਵਿੱਚ ਲੱਗ ਕੇ ਅਸੀਂ ਆਪਣੀ ਪ੍ਰਤੀਤ ਆਪ ਹੀ ਪਾਰ ਕਰ ਦਿੰਦੇ ਹਾਂ. Is it referring to the person is no longer trustworthy or the person no longer trusts Vaheguru? No, person is no longer trustworthy to Vaheguru. ਕਿਉਂਕਿ ਉਹਨੇ ਆਪਣਾ ਜਿਹੜਾ ਸੀਗਾ ਯਕੀਨ ਆਪ ਹੀ ਖੋ ਲਿਆ. ਵਾਹਿਗੁਰੂ ਤੇ ਖੋਤੀ ਹੈ. He lost his faith in the God. No. ਇਦਾਂ ਨਹੀਂ ਕਹਿਣਾ. ਆਪਣੀ ਪ੍ਰਤੀਤ, ਆਪਣੀ ਜਿਹੜੀ ਉਹਦੀ ਆਪਣੀ ਪ੍ਰਤੀਤ ਸੀਗੇ, ਜਿਹੜਾ ਉਹਦਾ ਆਪਣਾ ਜਿਹੜਾ ਯਕੀਨ ਸੀਗਾ ਬਣਿਆ ਹੋਇਆ ਵਾਹਿਗੁਰੂ ਦਾ, ਜਿਹੜਾ ਯਕੀਨ ਉਹਦੇ ਉੱਤੇ ਬਣਿਆ ਹੋਇਆ ਸੀਗਾ, ਉਹ ਜਿਹੜਾ ਯਕੀਨ ਹੈਗਾ ਉਹ ਲੈ ਗਿਆ. ਵੀ ਹੁਣ ਜਿਹੜੀਆਂ ਦਾਤਾਂ ਮਿਲਣੀਆਂ ਹੈਗੀਆਂ ਨਾ, ਉਹ ਕੰਪਲੇਨ ਕਰ ਰਿਹਾ ਵਾਹਿਗੁਰੂ ਨੂੰ, ਮਤਲਬ ਉਹਨਾਂ ਹੁਣ ਵਿਸ਼ਵਾਸ ਨਹੀਂ ਹੈ ਕਿ ਵਾਹਿਗੁਰੂ ਉਸ ਦੇ ਵਾਸਤੇ ਜੋ ਕਰ ਰਿਹਾ ਚੰਗਾ ਕਰ ਰਿਹਾ. ਸੋ ਉਹਨੇ ਆਪਣਾ ਵਿਸ਼ਵਾਸ ਖੋਤਾ ਵਾਹਿਗੁਰੂ 'ਤੇ, ਤਾਂ ਹੀ ਕੰਪਲੇਨ ਕਰਦਾ.
ਨਹੀਂ ਵਿਸ਼ਵਾਸ ਉਹਦਾ ਤਾਂ ਪਹਿਲਾਂ ਹੀ ਹੈ ਨਾ ਸੀਗਾ ਵੀ ਜਿਹੜਾ ਕੰਪਲੇਨ ਕਰ ਰਿਹਾ ਉਹਦੇ ਮੁੱਕ ਗਿਆ ਨਹੀਂ ਪਹਿਲਾਂ ਤਾਂ ਸੀ ਜਦੋਂ ਉਸ ਕੋਲ ਸਾਰੀ ਚੀਜ਼ਾਂ ਸੀ ਤਾਂ ਵਿਸ਼ਵਾਸ ਸੀ ਇਹਦਾ ਮਤਲਬ ਇਹ ਹੁੰਦਾ ਹੁੰਦਾ ਨਾ ਵੀ ਜਿੱਦਾਂ ਮੈਂ ਕਿਹਾ ਸੀਗਾ ਫਿਰ ਬਾਟ ਵਾਹਿਗੁਰੂ ਜਾਂ ਕੋਈ ਵੀ ਹੈਗਾ ਹੁਣ ਤੁਹਾਡਾ ਮੇਰਾ ਕੋਈ ਰਿਲੇਸ਼ਨਸ਼ਿਪ ਹੈਗਾ ਹੁਣ ਮੈਂ ਤੁਹਾਡੇ ਲਈ ਕੁਛ ਨਹੀਂ ਕਰਦਾ ਹੈਗਾ ਤੁਸੀਂ ਮੇਰੇ ਲਈ ਬਹੁਤ ਕੁਛ ਕੀਤਾ ਹੈਗਾ ਕਰਦੇ ਰਹੇ ਕਰਦੇ ਰਹੇ ਮੈਂ ਤੁਹਾਨੂੰ ਕਹਿਤਾ ਵੀ ਆਹ ਚੀਜ਼ ਮੇਰੇ ਲਈ ਕਰਦੇ ਹੋ ਤੁਸੀਂ ਨਹੀਂ ਕੀਤੀ ਓਕੇ ਉਹਦੇ ਨਾਲ ਕੀ ਹੋਣਾ ਹੈਗਾ ਮੇਰੇ ਮਨ ਦੇ ਵਿੱਚ ਗੁੱਸਾ ਆਉਣਾ ਹੈਗਾ ਰੋਸ ਆਉਣਾ ਹੈਗਾ ਰਾਈਟ ਮੈਂ ਕਹਿਣਾ ਹੈਗਾ ਵੀ ਇਹਨੇ ਮੇਰੇ ਨਾਲ ਇੱਦਾਂ ਕਰ ਦਿੱਤੀ ਹੈਗੀ ਆ ਜੋ ਰਾਜ ਤੁਸੀਂ ਉੱਦਾਂ ਉਹਨੂੰ ਕਰ ਸਕਦੇ ਹੋ ਪਰ ਕੀ ਹੁੰਦਾ ਹੈਗਾ ਹੁਣ ਤੁਸੀਂ ਜਿਹਨਾਂ ਨੇ ਮੈਨੂੰ ਸਾਰਾ ਕੁਛ ਕੀਤਾ ਸੀਗਾ ਵੀ ਮੈਨੂੰ ਦਿੱਤਾ ਸੀਗਾ ਸਾਰੀ ਅਮਾਨ ਵੀ ਦਿੱਤੀ ਸੀਗੀ ਤੁਹਾਡੇ 'ਤੇ ਯਕੀਨ ਕਰਕੇ ਵੀ ਤੁਸੀਂ ਇਹਨੂੰ ਸਾਂਭ ਕੇ ਰੱਖੋਗੇ ਤੁਸੀਂ ਆਹ ਜਿਹੜੀ ਵੀ ਦਾਤ ਦਿੱਤੀ ਹੈਗੀ ਆ ਉਹ ਜਿਹੜੀ ਸੀਗਾ ਉਹ ਯਕੀਨ ਜਿਹੜਾ ਸੀਗਾ ਸਾਰਾ ਕੁਛ ਜਾਂਦਾ ਲੱਗਾ ਕਿਉਂਕਿ ਤੁਸੀਂ ਹੁਣ ਕੰਪਲੇਂਟ ਕੀਤਾ ਹੈਗਾ ਤੁਸੀਂ ਕਰ ਰਹੇ ਹੈਗੇ ਓਕੇ ਸੋ ਉਹ ਜਿਹੜਾ ਬੰਦਾ ਹੈਗਾ ਵੀ ਉਹ ਫਿਰ ਪ੍ਰਤੀਤ ਜਿਹੜੀ ਹੈਗੀ ਆ ਉਹਦੀ ਆਪਣੀ ਪ੍ਰਤੀਤ ਬੰਦੇ ਦੀ ਪ੍ਰਤੀਤ ਫਿਰ ਗਈ ਹਾਂ ਇਹਨਾਂ ਨੇ ਤੁਹਾਡੇ ਲਈ ਕੰਮ ਕੀਤੇ ਸਾਰੇ ਇੱਕ ਨੇ ਕੀਤਾ ਤੁਹਾਨੂੰ ਯਾਨੀ ਉਹਦੀ ਪ੍ਰਤੀਤ ਗਈ ਤੇ ਗੱਲ ਜਾਂ ਇਦਾਂ ਲੱਗੇ ਬੰਦੇ ਦੀ ਗਈ ਪਰ ਵਾਹਿਗੁਰੂ ਦੀ ਬੰਦੇ ਤੋਂ ਗਈ ਉਹੀ ਵੀ ਵਾਹਿਗੁਰੂ ਨੇ ਸਭ ਕੁਝ ਦਿੱਤਾ ਇੱਕ ਵਾਰ ਨਹੀਂ ਦਿੱਤਾ ਤੇ ਪ੍ਰਤੀਤ ਕਰ ਦੋਨੋਂ ਪਾਸੇ ਗਈ ਦੋਨੇ ਪਾਸਿਆਂ ਨੂੰ ਇਹ ਜਾਂਦਾ ਹੈਗਾ ਵੀ ਜਣਕਾਰ ਨੂੰ ਮਤਲਬ ਹਿੱਤ ਦਾ ਹੈ ਜਿਹਨੂੰ ਇਹ ਕਰਦਾ ਪਰ ਉਹਦੇ ਵਿੱਚ ਮਤਲਬ ਇਹ ਹੀ ਹੋ ਜਾਂਦਾ ਹੈਗਾ ਵੀ ਜਦ ਤੁਸੀਂ ਇੱਦਾਂ ਕਰਦੇ ਹੈਗੇ ਆ ਵੀ ਜਿਹੜੀ ਹੈਗੀ ਉਹ ਪ੍ਰਤੀਤ ਤੁਹਾਡੀ ਜਾਂਦੀ ਰਹਿੰਦੀ ਹੈ ਓਕੇ ਸੋ ਅੰਕਲ ਦ ਸੈਕੰਡ ਪਾਰਟ ਇਜ਼ ਜਸਟ ਰਿਪੀਟਿੰਗ ਦ ਫਰਸਟ ਬੋਲ ਉਸ ਦਾ ਵਿਸਵਾਸ ਨਾ ਹੋਵੇ ਹਾਂ ਤੇ ਨਾ ਦੂਜਾ ਜਿਹੜਾ ਹੈਗਾ ਉਹ ਦ ਦੋਏ ਲਾਈਨਾਂ ਤੁਸੀਂ ਇਕੱਠੀਆਂ ਵਾਰ ਪੜ੍ਹਦੇ ਹੈਗੇ ਆ ਉਹ ਤੋਂ ਬਿਲਕੁਲ ਕਲੀਅਰ ਹੋ ਜਾਂਦਾ ਜੋ ਮੈਂ ਕਹਿ ਰਿਹਾ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਜਦ ਵੀ ਮੀਨਿੰਗ ਕਰਨੇ ਹੈਗੇ ਆ ਤੁਸੀਂ ਪਹਿਲੀ ਇੱਕ ਲਾਈਨ ਤੁਕ ਦਾ ਜਿਹੜਾ ਹੈਗਾ ਯੂ ਕੈਨਟ ਡੂ ਇਟ ਪਾਰਟ ਮੀਨ ਯੂ ਹੈਵ ਟੂ ਟੇਕ ਦਾ ਹੋਲ ਤੋਂ ਨਾ ਓਨਲੀ ਹੋਲ ਤੋਂ ਹੋਲ ਸਟੈਮ ਦਾ ਜਿੱਦਾਂ ਮੈਂ ਕਹਿੰਦਾ ਹੁੰਦਾ ਕਈ ਵਾਰ ਬਾਹਰ ਵੀ ਤੁਹਾਨੂੰ ਜਾਣਾ ਪੈਂਦਾ ਹੈਗਾ ਬਹੁਤ ਉਸ ਦਾ ਵਿਸ਼ਵਾਸ ਫਿਰ ਉਹਦਾ ਜਿਹੜਾ ਹੈਗਾ ਕੋਈ ਟਰੱਸਟ ਹੀ ਨਹੀਂ ਰਹਿੰਦਾ ਟਰੱਸਟ ਯਕੀਨ ਉਹੀ ਚੀਜ਼ ਹੈ ਓਕੇ ਜਿਸ ਕੀ ਵਸਤ ਤਿਸ ਆਗੇ ਰੱਖ ਹੁਣ ਦੂਸਰੇ ਪਾਸੇ ਇੱਕ ਤਾਂ ਸੀਗਾ ਵੀ ਜਿਹੜੀ ਵਸਤੂ ਸੀਗੀ ਜਦ ਉਹਨੇ ਲੈ ਲਈ ਤਾਂ ਉਹਦੇ ਉੱਤੇ ਰੋਸ ਕਰਦਾ ਹੁਣ ਉਹਦਾ ਦੂਆ ਪਾਸਾ ਦੱਸਿਆ ਹੈਗਾ ਵੀ ਜਿਸ ਕੀ ਵਸਤ ਤਿਸ ਆਗੇ ਜਿਹੜਾ ਬੰਦਾ ਦ ਵਨ ਹੂ ਐਕਚੁਲੀ ਗਿਵਸ ਬੈਕ ਜਿਹਦੀ ਚੀਜ਼ ਹੋਵੇ ਹੂ ਐਵਰ ਇਟ ਬਿਲੋਂਗਸ ਟੂ ਉਹਦੇ ਮੂਹਰੇ ਪ੍ਰਜੈਂਟ ਕਰ ਦੇਵੇ ਦੱਸ ਦੇਵੇ ਓਕੇ ਪ੍ਰਭ ਕੀ ਆ ਗਿਆ ਮਾਨੇ ਮਾਥੇ ਕਿਉਂਕਿ ਜਿਹੜੀਆਂ ਦਾਤਾਂ ਤਾਂ ਉਹਦੀਆਂ ਵਾਹਿਗੁਰੂ ਦੀਆਂ ਵੀ ਉਹਦੀ ਆਗਿਆ ਜਿਹੜੀ ਮੰਨ ਕੇ ਜੋ ਕੁਛ ਵੀ ਹੈਗਾ ਜੇ ਬੱਚਾ ਲੈ ਵੀ ਗਿਆ ਵਾਹਿਗੁਰੂ ਉਹ ਕਹਿੰਦੇ ਤੇਰਾ ਮੇਰਾ ਜਿਹੜਾ ਸੀਗਾ ਮੇਰੀ ਰਿਸਪੋਂਸੀਬਿਲਟੀ ਜਿੱਥੇ ਤੱਕ ਮੈਂ ਆਪਣੀ ਨਿਭਾ ਸਕਦਾ ਮੈਂ ਪੂਰੇ ਤਰ੍ਹਾਂ ਤੱਕ ਨਿਭਾ ਚੁੱਕਾ ਹੈਗਾ ਉਹ ਵੀ ਉਹ ਵਾਹਿਗੁਰੂ ਦੇ ਸ਼ੁਕਰ 'ਤੇ ਰਹਿੰਦਾ ਹੈਗਾ ਤਾਂ ਹੀ ਜਿਹੜੇ ਗੁਰਮੁਖ ਹੁੰਦੇ ਆ ਗਿਆ ਉਹਨਾਂ ਨੂੰ ਦੁੱਖ ਸੁੱਖ ਤੋਂ ਜਿਹੜੇ ਉਹ ਉੱਤੇ ਹੁੰਦੇ ਹੈਗੇ ਇਹ ਚੀਜ਼ ਹੁੰਦੀ ਉਸ 'ਤੇ ਚੌਗਨ ਕਰੇ ਨਿਹਾਲ ਫਿਰ ਜਿਹੜਾ ਇੱਦਾਂ ਦਾ ਗੁਰਮੁਖ ਹੁੰਦਾ ਜਿਹੜਾ ਗੁਰੂ ਦੇ ਸਨਮੁਖ ਹੋਇਆ ਹੁੰਦਾ ਜਿਹੜਾ ਇੰਨਾ ਵਿਸ਼ਵਾਸ ਬਣ ਜਾ ਬਣਿਆ ਹੁੰਦਾ ਵਾਹਿਗੁਰੂ ਦੇ ਉੱਤੇ ਹੀ ਡਜ਼ ਨੋ ਇਟ ਵੀ ਉਹਨੂੰ ਵਾਹਿਗੁਰੂ ਉਦੋਂ ਵੀ ਬਹੁਤ ਜ਼ਿਆਦਾ ਖੁਸ਼ੀਆਂ ਦੇ ਦਿੰਦਾ ਹੈਗਾ ਚਾਰ ਗੁਣਾ ਦਿੰਦਾ ਨਿਹਾਲ ਕਰ ਦਿੰਦਾ ਹੈਗਾ ਉਹਨੂੰ ਨਾਨਕ ਸਾਹਿਬ ਸਦਾ ਦਿਆ ਕਿਉਂ ਕਰਦਾ ਹੈਗਾ ਕਿਉਂ ਦਇਆ ਦਾ ਘਰ ਆ ਇਹ ਨਾਨਕ
ਵੀ ਉਹ ਜਿਹੜਾ ਮੈਸਟਰ ਹੈਗਾ, ਜਿਹੜਾ ਚੀਜ਼ਾਂ ਦੇਣ ਵਾਲਾ ਹੈਗਾ, ਸਾਰਾ ਕੁਛ ਸਾਨੂੰ ਲੋਰਡ ਜਿਹੜਾ ਹੈਗਾ ਸਾਨੂੰ ਚੀਜ਼ਾਂ ਦਿੰਦਾ ਹੈਗਾ, ਉਹ ਤਾਂ ਦਿਆਲੂ ਦਇਆ ਦਾ ਘਰ ਹੈਗਾ, ਉਹਨੇ ਤਾਂ ਇਹ ਕਰਨਾ ਹੀ ਹੈਗਾ, ਅਤੇ ਉਹ ਤੁਹਾਨੂੰ ਫਿਰ ਨਿਹਾਲ ਕਰ ਦਿੰਦਾ। ਹੁਣ ਤੁਸੀਂ ਦੇਖੋ ਪਹਿਲੀ ਦੇ ਵਿੱਚ ਅਖੀਰਲੀ ਲਾਈਨ, ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਤੋਂ ਗੁਰੂ ਨਾਨਕ ਕਿਰਪਾ, ਵੀ ਜੇ ਤੋਂ ਬਣਾਇਆ ਵੀ ਜਿਹਨੂੰ ਉਹਨੇ ਗੁਰਮੁਖ ਬਣਾ ਦਿੱਤਾ ਉਹਨੇ ਸਾਰਾ ਕੁਛ ਲੈ ਲਿਆ। ਹੁਣ ਇਹਦੇ ਵਿੱਚ ਉਸ ਹੀ ਗੁਰਮੁਖ ਨੂੰ ਜਿਹੜਾ ਉਹਦੀ ਗੱਲ ਹੁਣ ਮੰਨਦਾ ਹੈਗਾ, ਉਹਦੀ ਆਗਿਆ ਮਨ ਮੱਥੇ 'ਤੇ ਮੰਨਦਾ ਹੈਗਾ, ਉਹਨੂੰ ਕੀ ਕੀਤਾ ਹੈਗਾ, ਉਹਨੂੰ ਨਿਹਾਲ ਕਰ ਦਿੰਦਾ ਹੈਗਾ। ਅਤੇ ਕਿਉਂਕਿ ਉਹਦੀ ਜਿਹੜੀ ਆਦਤ ਹੈ, ਜਿਹੜਾ ਉਹਦਾ ਸੁਭਾਅ ਵੀ ਇਹ ਹੈਗਾ ਵੀ ਦਇਆ ਦਾ ਘਰ ਹੈ। ਠੀਕ ਹੈ, ਅਨੇਕ ਭਾਂਤ ਮਾਇਆ ਕਿਹਾ, ਅਨੇਕ ਭਾਂਤ ਮਾਇਆ ਦੇ ਬਹੁਤ ਜੁਦੇ ਜੁਦੇ ਤਰੀਕੇ ਹੈਗੇ ਆ ਜਿਨ੍ਹਾਂ ਦੇ ਨਾਲ ਸਾਡਾ ਮਾਇਆ ਦੇ ਵਿੱਚ ਪਿਆਰ ਮਿਲਦਾ। ਬਹੁਤ ਕਈ ਤਰ੍ਹਾਂ ਦੇ ਪਿਆਰ ਹੈ ਵੀ ਮਾਇਆ ਦੇ ਨਾਲ, ਅਨੇਕ ਭਾਂਤ। ਉਹ ਹੁਣ ਕਿੱਦਾਂ, ਕਿਉਂ ਮਾਇਆ ਕਿਸੇ ਵੀ ਸ਼ੇਪ ਦੇ ਵਿੱਚ ਆ ਸਕਦੀ, ਪੁੱਤਰ ਦੀ ਸ਼ੇਪ 'ਚ ਆ ਸਕਦੀ, ਸਾਨੂੰ ਮਮਤਾ ਲੱਗ ਗਈ ਆ ਕਿ ਜਾਂ ਉਹ ਹੋ ਗਿਆ ਜਾਂ ਧਨ ਦੇ ਨਾਲ ਸਾਡਾ ਹੋ ਗਿਆ। ਮਾਇਆ ਦਾ ਕੋਈ ਅੰਤ ਨਹੀਂ, ਵੀ ਮਾਇਆ ਦੇ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਪਿਆਰ ਹੈਗੇ ਆ। ਸਰਬਤ ਹੋਵਤ ਜਾਨ ਅਨੇਤ, ਹੁਣ ਜਾਨ ਦਾ ਮਤਲਬ ਹੁੰਦਾ ਵੀ ਕਿਸੇ ਚੀਜ਼ ਦੇ ਵਿੱਚ ਵੀ ਜਾਣਨਾ ਜਾਂ ਥਿੰਕ ਅਬਾਊਟ, ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ। ਉਹ ਕਹਿੰਦੇ ਅਨੇਤ, ਅਨੇਤ ਜਿਹੜੀ ਹੁੰਦੀ ਆ ਜਿਹੜੀ ਨਿੱਤ ਨਾ ਰਹਿਣ ਵਾਲੀ ਚੀਜ਼ ਹੋਵੇ ਉਹਨੂੰ ਕਹਿੰਦੇ ਅਨੇਤ। ਉਹ ਲਗਾਇਆ ਉਹ ਕਹਿੰਦੇ ਹੈਗੇ ਵੀ ਜਿਹੜੀ ਵੀ ਚੀਜ਼ ਹੈਗੀ ਆ ਅਨੇਕ ਮਾਇਆ ਕੇ ਹੇਤ, ਉਹਦੇ ਪਿਆਰ ਜਿਹੜੇ ਹੈਗੇ ਆ ਵੀ ਕਈ ਤਰ੍ਹਾਂ ਦੇ ਹੈਗੇ ਆ। ਸਰਪਤ ਹੋਵਤ, ਸਰਪਣ ਹੋਵਤ ਜਾਨ ਅਨੇਤ, ਦੇਰ ਆਰ ਮੈਨੀ ਫੋਰਮਸ ਆਫ ਯੂ ਨੋ ਐਕਚੁਲੀ ਲਵਿੰਗ ਮਾਇਆ, ਲਵ ਆਫ ਮਾਇਆ। ਸਰਪਤ ਹੋਵਤ ਬਟ ਥਿੰਕਿੰਗ ਆਫ ਦੈਮ ਟੂ ਬੀ ਸ਼ੋਰਲੀ ਇਜ਼ ਟ੍ਰੈਜ਼ਰ ਟੂ ਯੂ, ਵੀ ਉਹ ਜਿਹੜੇ ਹੈਗੇ ਆ ਸਿਰਫ ਥੋੜ੍ਹੇ ਦੇਰ, ਉਹ ਸਦਾ ਰਹਿਣ ਵਾਲੇ ਨਹੀਂ, ਉਹ ਦੇ ਆਰ ਪੈਰਿਸ਼ਬਲ। ਅਨੇਤ ਦਾ ਮਤਲਬ ਜਿਹਨਾਂ ਨੇ ਸਦਾ ਨਹੀਂ ਰਹਿਣਾ ਹੈਗਾ, ਨਿੱਤ ਨਹੀਂ ਰਹਿਣ ਵਾਲੇ ਹੈਗੇ ਆ। ਉਹ ਜਿੰਨੇ ਵੀ ਲਵ ਮਾਇਆ ਦੇ ਹੈਗੇ ਆ ਨਾ, ਹੈ ਤਾਂ ਕਈਆਂ ਤਰ੍ਹਾਂ ਦੇ, ਬਹੁਤ ਤਰੀਕਿਆਂ ਦੇ ਹੈਗੇ ਆ, ਪਰ ਸਾਰਿਆਂ ਦੇ ਸਾਰੇ ਉਹ ਟ੍ਰੈਜ਼ਰ, ਉਹ ਥੋੜ੍ਹੀ ਦੇਰ ਲਈ ਆ। ਦਿਆ ਨਾਲ ਐਗਜਿਸਟ ਪਰ ਹੈ। ਓਕੇ, ਬਿਰਖ ਕੀ ਛਾਇਆ, ਹੁਣ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਹੈਗੀਆਂ ਵੀ ਉਹ ਕਿੱਦਾਂ ਦੇ ਹੁੰਦੇ ਹੈਗੇ ਆ। ਬਿਰਖ ਕੀ ਛਾਇਆ ਸੀ, ਉਹ ਰੰਗ ਲਾਲ ਹੈ। ਉਹ ਕਹਿੰਦੇ ਵੀ ਇਸ ਤਰ੍ਹਾਂ ਆਇਆ, ਰੰਗ ਦਾ ਮਤਲਬ ਕੀ ਹੁੰਦਾ, ਪਾਲਵੇ ਹੁਣ ਸ਼ਾਹ ਜਿਹੜੀ ਹੈਗੀ ਆ ਉਹਨੇ ਤਾਂ ਮੂੰਹ ਹੋਣਾ ਹੀ ਹੈਗਾ, ਉਹ ਜਾਂਦੀ ਲੱਗਦੀ ਹੈ, ਜਦ ਉਹ ਚਲੇ ਜਾਂਦੀ ਹੈਗੀ ਆ ਕੀ ਹੈ ਉਹ ਬਿੰਸ ਹੈ। ਉਹ ਕਹਿੰਦੇ ਖਤਮ ਹੋ ਜਾਂਦੀ ਹੈਗੀ ਆ, ਉਹ ਮਨ ਪਛਤਾਵੇ, ਮਨ ਨੰਨੇ ਨੂੰ ਸਿਆਰੀ ਲੱਗੀ ਆ, ਮਨ ਵਿੱਚ ਪਛਤਾਵਾ, ਇਹਦੇ ਵਿੱਚ ਸਿੰਗੂਲਰ ਫਿਰ ਉਹ ਬੰਦਾ ਜਿਹੜਾ ਹੈਗਾ ਆਪਣੇ ਮਨ ਦੇ ਵਿੱਚ ਪਛਤਾਉਂਦਾ ਹੈਗਾ। ਓਕੇ ਅੰਕਲ ਜੀ, ਇੱਥੇ ਇੱਥੇ ਉਹ ਪਹਿਲਾਂ ਲਿਖਿਆ ਹੋਇਆ ਉੱਥੇ ਔਂਕੜ ਨਹੀਂ ਲੱਗਿਆ ਤੇ ਮੂੰਹ ਖੁੱਲ੍ਹਾ ਪੂਰੇ, ਉਹ ਮਤਲਬ ਫਰਕ ਕੀ ਹੈਗਾ, ਡਿਫਰੈਂਸ ਕੀ ਹੈ? ਉਹ ਬਿੰਸ ਜਾਂਦੀ ਹੈ, ਕੋਈ ਫਰਕ ਨਹੀਂ ਇਹਦੇ ਵਿੱਚ, ਕੋਈ ਫਰਕ ਨਹੀਂ ਹੈਗਾ, ਉਹ ਬਿੰਸ ਹੈ। ਉਹ ਜਦ ਵੀ ਕਿਤੇ ਵੀ ਹੈ ਨਾ, ਅਸਲ 'ਚ ਊੜੇ ਨੂੰ ਤੋਂ ਖੁੱਲ੍ਹਿਆ ਹੋਵੇ ਉਹਦਾ ਮਤਲਬ ਹੁੰਦਾ ਵੀ ਜਿੱਦਾਂ ਊੜੇ ਦੀ ਆਵਾਜ਼ ਆਉਣੀ ਹੈਗੀ ਆ, ਵੀ ਉਹ ਬਿੰਸ ਹੈ। ਜਿਹੜਾ ਔਂਕੜ ਹੈਗਾ ਇਹਦੇ ਨਾਲ ਉਹ ਬਿੰਸ ਜਾਂਦੀ ਹੈ, ਅਤੇ ਉਹਨੇ ਜਦੋਂ ਉਹਦੇ ਵਿੱਚ ਕਿਤੇ ਬਿੰਸ ਹੀ ਜਾਂਦੀ ਹੈ, ਜਿੱਦਾਂ ਹੈ ਨਾ ਕਹਿਣਾ ਹੁੰਦਾ ਹੈਗਾ, ਇੱਕ
ਜਦੋਂ ਮੈਂ ਦੱਸਿਆ ਸੀ ਇੱਕ ਰੂਲ ਹੋਰ ਵੀ ਹੈਗਾ, ਉਹ ਇਹ ਹੁੰਦਾ ਹੈਗਾ ਵੀ ਜਦ ਵਿੱਚ ਜਾਣੀ ਇੰਪਲਾਈਡ ਵੀ ਹੋਵੇ ਉਹ ਜਿਹੜਾ ਹੈਗਾ ਉੱਥੇ ਵੀ ਔਕਵਰਡ ਹੋ ਜਾਂਦਾ ਹੈਗਾ, ਕਦੀ ਵੀ ਹੋਵੇ। ਓਕੇ ਇਹਨੇ ਜਿਹੜਾ ਹੈਗਾ ਜੋ ਦਿਸਾ ਸੋ ਚਾਲਣਾ, ਉਹਨੇ ਇੱਥੇ ਚਲੇ ਜਾਣਾ ਇਸ ਪੈਰਿਸ਼ ਕੋਲ। ਲੱਟ ਰਿਹੋ ਤੈਂ ਤੈਂ, ਮੈਂ ਜਿੱਦਾਂ ਦੱਸਿਆ ਸੀਗਾ ਤੈਂ ਜੈ, ਇਹਦੇ ਉੱਤੇ ਬਿੰਦੀ ਲਾ ਕੇ ਤੁਸੀਂ ਪੜ੍ਹਨਾ ਹੈਗਾ। ਅਸਲੀ ਜਿੱਦਾਂ ਇਹ ਆਏ ਵੀ ਵਰਡ ਹੈਗਾ ਤੈਂ ਜੈ, ਜਹਾਂ ਤੂੰ ਜਾ, ਤਾਹਾਂ ਤੂੰ ਤਾ, ਹੌਲੀ ਹੌਲੀ ਜਹਾਂ ਤੂੰ ਤਾ, ਜਹਾਂ ਜਹਾਂ ਤੋਂ ਜਾਂ ਜੈ, ਤਾਹਾਂ ਤੋਂ ਤੈਂ, ਜਿਹਨੂੰ ਬਣ ਜਾਂਦਾ ਹੈਗਾ। ਇਸੇ ਤਰ੍ਹਾਂ ਦਾ ਹੈਗਾ ਵੀ ਉਹ ਹੁਣ ਉੱਥੇ ਗੱਲ ਹੋ ਰਹੀ ਹੈ ਉੱਥੇ ਦੀ, ਓਕੇ। ਲੱਭ ਰਹੇ ਹੋ ਤੈਂ ਵੀ ਉਸਦੇ ਨਾਲ, ਓਕੇ। ਜੋ ਦਿਸ ਜਿਹੜੀਆਂ ਚੀਜ਼ਾਂ ਸਾਨੂੰ ਦਿਸਣ ਵਾਲੀਆਂ ਹੈਗਾ, ਤੂੰ ਉਹਨਾਂ ਦੇ ਨਾਲ ਲੱਭ ਰਿਹਾ ਹੈਗਾ ਵੀ ਯੂ ਆਰ ਅਟੈਚ ਟੂ ਦੈਮ, ਓਕੇ। ਅੰਧ ਅੰਧਾਰ, ਹੁਣ ਜਾਣੀ ਇਹਦੇ ਵਿੱਚ ਦੱਸਿਆ ਅੰਧ ਅੰਧ, ਹੁਣ ਇਹਦੇ ਵਿੱਚ ਤਦੇ ਤੇ ਥੱਲੇ ਔਂਕੜ ਵੀ ਨਹੀਂ। ਅਸਲੀ ਤਾਂ ਅੰਧ ਅੰਧਾਰ ਇਕੱਠਾ ਜਿਹੜਾ ਹੈਗਾ ਨਾ, ਇਸ ਯੂਜ਼ਡ ਐਜ਼ ਜਿਹੜਾ ਨਾ ਗਲੋਬਲ ਲੈਂਗੁਏਜ ਦੇ ਵਿੱਚ ਕਹਿਣ ਦਾ ਵੀ ਬਿਲਕੁਲ ਅੰਨਾ ਜਿਹੜਾ ਹੋਵੇ ਉਹਦੇ ਵਿੱਚ ਵੀ ਅੰਨਿਆਂ ਦਾ ਵੀ ਅੰਨਾ। ਪਰ ਜੇ ਤੁਸੀਂ ਇਹਨੂੰ ਲਿਟਰਲੀ ਵੀ ਕਰਨਾ ਮੰਗੋ ਨਾ, ਤਾਂ ਵੀ ਇਹਦੇ ਵਿੱਚ ਤੁਸੀਂ ਦੇਖੋ ਅੰਧ ਥੱਲੇ ਹੈ ਨਹੀਂ, ਇਹਦਾ ਮਤਲਬ ਅੰਨਿਆਂ ਦਾ ਅੰਧਾਰ ਅੰਨਾ, ਅੰਨਿਆਂ ਵਿੱਚ ਵੀ ਅੰਨਾ ਜਿਹੜਾ ਜਿਹੜਾ ਬਹੁਤ ਅੰਨਾ, ਜਿਹੜਾ ਬਿਲਕੁਲ ਹੀ ਬੇਵਕੂਫ ਬੰਦਾ ਹੈਗਾ, ਜਿਹੜਾ ਦੇਖਦਾ ਹੀ ਨਹੀਂ ਹੋ, ਜਿਹੜਾ ਬਿਲਕੁਲ ਇਗਨੋਰੈਂਟ ਹੈਗਾ, ਕੰਪਲੀਟਲੀ ਇਗਨੋਰੈਂਟ ਜਿਹੜਾ ਬੰਦਾ ਹੈਗਾ, ਉਹ ਕੀ ਕਰਦਾ ਹੈਗਾ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ, ਹੀ ਇਜ਼ ਐਂਟੈਂਗਲ ਵਿਦ ਦੈਮ, ਹੀ ਇਜ਼ ਅਟੈਚ ਟੂ ਦੈਮ, ਹੀ ਕਲਿੰਗਸ ਟੂ ਦੈਮ। ਲੱਭ ਰਹੇ ਹੋ ਵੀ ਕਿਸੇ ਚੀਜ਼ ਨੂੰ ਫੜ ਫੜ ਕੇ ਰੱਖ ਲੈਣਾ ਵੀ ਉਹਦੇ ਮਗਰ ਲਪੇਟਾ ਪਾ ਲੈਣਾ, ਠੀਕ ਹੈ।
ਹੁਣ ਉਹ ਦੂਜੀ ਐਗਜਾਂਪਲ ਦੇ ਰਿਹਾ ਹੈ ਕਿ ਉਦੋਂ ਅੱਗੇ ਬਟਾਊ ਸਿਉਂ ਜੋ ਲਾਵੇ ਲੇਹ ਤਾਂ ਕੋ ਹਾਥ ਨਾ ਆਵੇ ਕੇ ਇਹਦਾ ਮਤਲਬ ਕੁਛ ਵੀ ਨਹੀਂ ਲੇਹ ਪਿਆਰ ਬਟਾਊ ਹੁੰਦਾ ਹੈਗਾ ਜਿਹੜਾ ਟਰੈਵਲਰ ਹੋਵੇ ਰਾਹੀ ਹੋਵੇ ਉਹਦੀ ਗੱਲ ਹੋ ਰਹੀ ਹੈਗੀ ਆ ਉਹ ਕਹਿੰਦੇ ਵੀ ਇਫ ਸੰਬਡੀ ਫਾਲਸ ਇਨ ਲਵ ਵਿਦ ਜਨੋਇਕਲੀ ਜਿਹੜਾ ਟਰੈਵਲਰ ਹੈਗਾ ਓਕੇ ਕਿਉਂਕਿ ਉਹ ਤਾਂ ਥੋੜ੍ਹੇ ਦਿਨਾਂ ਦੇ ਉਹਨਾਂ ਦੇ ਟਰੈਵਲ ਤਾਂ ਆਮ ਤੌਰ 'ਤੇ ਜਦ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਦ ਹੀ ਇਹ ਬਾਣੀ ਲਿਖੀ ਹੋਈ ਹੈਗੀ ਆ ਉਹ ਕੀ ਕਰਦੇ ਹੁੰਦੇ ਕੋਈ ਆਇਆ ਰਾਤ ਕੱਟੀ ਤਾਂ ਸਵੇਰ ਨੂੰ ਉੱਠ ਕੇ ਚਲੇ ਜਾਣਾ ਹੈਗਾ ਮੋਸਟ ਆਫ ਦਾ ਟਾਈਮ ਜਿਵੇਂ ਉਹਨਾਂ ਨੇ ਤਾਂ ਰਾਤ ਸਪੈਂਡ ਕਰਨੀ ਹੁੰਦੀ ਉਹ ਕਹਿੰਦੇ ਕਦੇ ਕੋਈ ਜਿੱਦਾਂ ਸ਼ਾਂ ਦੇ ਨਾਲ ਪਿਆਰ ਲਾਇਆ ਹੁਣ ਇਹ ਦੱਸਿਆ ਵੀ ਇੱਕ ਹੋਰ ਪਿਆਰ ਕਿਹੜਾ ਹੈਗਾ ਜਿਹੜਾ ਸਵਾਏ ਹੈਗੇ ਜਿਹੜੇ ਤੁਹਾਡੇ ਟੇਸਟ ਹੈਗੇ ਉੱਤੇ ਸੀਗੇ ਨਾ ਇਹਦੀ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਇਹ ਵੀ ਹੈਗਾ ਜਿਹੜੀ ਚੀਜ਼ ਬਿਲਕੁਲ ਹੀ ਟ੍ਰਾਂਸਲੇਟਰੀ ਹੈਗੀ ਸਿਰਫ ਰਾਤ ਲਈ ਕੋਈ ਆਇਆ ਹੈਗਾ ਜਾਂ ਕੋਈ ਟਰੈਵਲਰ ਇੱਦਾਂ ਆਏ ਹੈਗੇ ਆ ਤੁਸੀਂ ਉਹਦੇ ਨਾਲ ਪਿਆਰ ਪਾ ਕੇ ਬਹਿ ਜਾਓ ਤਾਂ ਕੋ ਹੱਸਣਾ ਆ ਕੇ ਤਾਂ ਉਸ ਬੰਦੇ ਨੇ ਜਿਹਨੇ ਪਿਆਰ ਪਾਇਆ ਤਾਂ ਉਹਨੂੰ ਹੁਣ ਰਿਫਰ ਕੀਤਾ ਤਾਂ ਕੋ ਉਸਦੇ ਹੱਥ ਵਿੱਚ ਕੁਛ ਨਹੀਂ ਆਉਂਦਾ ਓਕੇ ਸੋ ਉਹਦਾ ਜਿਹੜਾ ਹੈਗਾ ਵੀ ਹੀ ਇਜ਼ ਨਾਟ ਗੇਨ ਗੋਇੰਗ ਟੂ ਗੇਨ ਐਨੀਥਿੰਗ ਆਊਟ ਆਫ ਦੈਟ ਰਿਲੇਸ਼ਨਸ਼ਿਪ ਹੁਣ ਆ ਗਿਆ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹੇ ਮੇਰੇ ਮਨ ਹੇ ਮਨ ਹਰੂ ਦੇ ਹਰੀ ਦੇ ਨਾਮ ਦੀ ਪ੍ਰੀਤ ਦਾ ਲਵ ਆਫ ਆਹ ਜਿਹੜੇ ਲਵ ਸੀਗੇ ਬਟਾਊ ਸੀ ਉਹਨੇ ਜਾਂ ਜਿਹੜਾ ਸੀਗਾ ਸ਼ਾਹ ਦੇ ਨਾਮ ਲਾ ਇਹਨੇ ਉਹ ਤਾਂ ਜਿਹੜੇ ਸੀਗੇ ਵੀ ਉਹ ਤਾਂ ਬਿਨਸਨ ਵਾਲੇ ਆ ਉਹ ਕਹਿੰਦੇ ਜਿਹੜੀ ਦਾ ਲਵ ਆਫ ਗਾਡ ਜਿਹੜਾ ਹੈਗਾ ਨਾ ਉਹ ਸੁਖਦਾਈ ਆ ਹੀ ਇਜ਼ ਦਾ ਕੰਫਰਟ ਗਿਵਰ ਉਹਨੇ ਤੁਹਾਨੂੰ ਸਾਰੇ ਪੀਸ ਦੇਣੀ ਹੈਗੀ ਆ ਉਹਨੇ ਤੁਹਾਨੂੰ ਸਾਰੇ ਕੰਫਰਟ ਦੇਣੇ ਹੈਗੇ ਆ ਦੁਨੀਆਂ 'ਤੇ ਕਰ ਕਿਰਪਾ ਨਾਨਕ ਆਪ ਲੈ ਲਾਏ ਹੁਣ ਕਰ ਕਿਰਪਾ ਉਹਦੇ ਵਿੱਚ ਹੁਣ ਵਾਹਿਗੁਰੂ ਨੂੰ ਰਿਫਰ ਕੀਤਾ ਹੈ ਵੀ ਵਾਹਿਗੁਰੂ ਇਹ ਨਾਨਕ ਵਾਹਿਗੁਰੂ ਜਿਹਦੇ ਉੱਤੇ ਮਿਹਰ ਕਰਕੇ ਇੱਧਰ ਨੂੰ ਉਹਨਾਂ ਨੂੰ ਲਾ ਦਿੰਦਾ ਹੈਗਾ ਪ੍ਰੀਤ ਪਾ ਦਿੰਦਾ ਹੈਗਾ ਵਾਹਿਗੁਰੂ ਦੇ ਨਾਲ ਆਪਣੇ ਨਾਲ ਉਹੋ ਹੀ ਬੰਦੇ ਜਿਹੜੇ ਹੈਗੇ ਆ ਉਹੀ ਸੁਖਦਾਈ ਹੋ ਸਕਦੇ ਹੈਗੇ ਹੁਣ ਮਗਰਲਾ ਇਟਸ ਵੈਰੀ ਇੰਟਰਸਟਿੰਗ ਟੂ ਐਕਚੁਲੀ ਰੀਡ ਦਾ ਲੈਸਟ ਵਨ ਜੇ ਤੁਸੀਂ ਇਹਨਾਂ ਨੂੰ ਧਿਆਨ ਨਾ ਪੜੋ ਥੋਰੋਲੀ ਤੁਹਾਨੂੰ ਇਹਦੇ ਵਿੱਚ ਪਤਾ ਲੱਗ ਜਾਣਾ ਹੈਗਾ ਵੀ ਮਿਥਿਆ ਜਿਹੜਾ ਹੈਗਾ ਵੀ ਹੁਣ ਜਿਹੜਾ ਜੋ ਦਿਸੇ ਨਾਲ ਜੇ ਤੁਸੀਂ ਕਿੱਦਾਂ ਕਨੈਕਟ ਕਰਨਾ ਹੈਗਾ ਜਾਂ ਥਿੰਕ ਅਬਾਊਟ ਦੈਟ ਹੁਣ ਉਹ ਕਹਿੰਦੇ ਹੈਗੇ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਦਾ ਕੀ ਮਤਲਬ ਹੁੰਦਾ ਜੋ ਸੱਚ ਨਾ ਹੋ ਜਿਹੜਾ ਸੱਚ ਨਾ ਸੱਚ ਦਾ ਕੀ ਮਤਲਬ ਹੁੰਦਾ ਹੈਗਾ ਜਿਹਨੇ ਸਦਾ ਰਹਿਣਾ ਝੂਠ ਦਾ ਕੀ ਮਤਲਬ ਹੁੰਦਾ ਜਿਹਨੇ ਬਿਨਸ ਜਾਣਾ ਹੈਗਾ ਸਦੀ ਵੀ ਆ ਝੂਠ ਜਿਹੜਾ ਹੈਗਾ ਥੋੜ੍ਹੀ ਦੇਰ ਲਈ ਹੁੰਦਾ ਮਿਥਿਆ ਦੂਏ ਅੱਖਰਾਂ ਦੇ ਵਿੱਚ ਇਹ ਵੀ ਹੋ ਸਕਦਾ ਜਿਹੜੀ ਪੈਰਿਸ਼ਬਲ ਚੀਜ਼ ਹੈਗੀ ਆ ਜਿਹੜੀ ਝੂਠੀ ਚੀਜ਼ ਹੈਗੀ ਜਿਹੜੀ ਫਾਲਸ ਚੀਜ਼ ਹੈਗੀ ਆ ਦੈਟਸ ਵਾਟ ਮਿਥਿਆ ਹੈ ਕਿਉਂਕਿ ਉਹਨੇ ਥੋੜ੍ਹੀ ਦੇਰ ਰਹਿਣਾ ਜਾਂ ਟ੍ਰਾਂਜ਼ਿਟਰੀ ਜਿੱਦਾਂ ਅਸੀਂ ਕਿਹਾ ਸੀਗਾ ਉਦੋਂ ਬਾਅਦ ਉਹਨੇ ਖਤਮ ਹੋ ਜਾਣਾ ਹੈਗਾ ਸੋ ਇਸ ਕਰਕੇ ਇਹਨੂੰ ਮਿਥਿਆ ਕਿਹਾ ਹੈਗਾ ਵੀ ਆਹ ਤਨ ਜਿਹੜਾ ਹੈਗਾ ਇਹਨੇ ਵੀ ਸਦੀ ਵੀ ਨਹੀਂ ਰਹਿਣਾ ਹੈਗਾ ਤਨ ਜਿਹੜਾ ਇਹਨੇ ਵੀ ਤੁਹਾਡੇ ਕੋਲ ਸਦਾ ਨਹੀਂ ਰਹਿਣਾ ਹੈਗਾ ਜਿਹੜਾ ਕੁਟੰਬ ਹੈਗਾ ਇਹਨੇ ਵੀ ਤੁਹਾਡੇ ਨਾਲ ਸਦਾ ਨਹੀਂ ਰਹਿਣਾ ਹੈਗਾ ਇਹ ਸਾਰਾ ਕੁਛ ਮਿਥਿਆ ਉਹ ਕਹਿੰਦੇ ਇਹ ਸਾਰਾ ਕੁਛ ਫਾਲਸ ਹੈਗਾ ਵੀ ਇਸ ਪੈਰਿਸ਼ ਬਹੁਤ ਇਸ ਨਾਟ ਗੋਇੰਗ ਟੂ ਐਗਜ਼ਿਸਟ ਫੋਰਐਵਰ ਪਰ ਇਹਦੇ ਵਿੱਚ ਤੁਸੀਂ ਹੁਣ ਨੋਟ ਕਰੋ ਤਨ ਤਨ ਕੁਟੰਬ ਇਹ ਸਾਰੇ ਦਿਸਣ ਵਾਲੀਆਂ ਚੀਜ਼ਾਂ
just think about it. Dida, Jyoti se, so Vince. In a sariya chicha ne, Vince jana hai ga, parisho jana hai ga. Okay? Mithya hum mein mamta. Ta mein ees chi te jor de rea ga, te mein mithya te baad utte kauma jada hona, itte mithya te baad la. Hum mein mamta maya. Hum mein jadi hai ga, ya koi jasan wali chiz mein. You can't see it. ਮਮਤਾ ਜਿਹੜੀ ਹੈਗੀ ਹੈ ਇਹਨੂੰ ਕੋਈ ਕਰ ਨਹੀਂ ਤਾਂ ਦਿਸਣ ਵਾਲੀ ਚੀਜ਼ ਨੇ ਮਾਇਆ ਇਨ ਦੈਟ ਸੈਂਸ ਯੂ ਨੋ ਐਕਚੁਅਲੀ ਮਾਇਆ ਜਿਹੜੀ ਮਮਤਾ ਮਾਇਆ ਮਾਇਆ ਦੀ ਮਮਤਾ ਦੀ ਗੱਲ ਹੋ ਰਹੀ ਹੈਗੀ ਹੈ ਓਕੇ ਉਹ ਜਿਹੜੀ ਹੈਗੀ ਹੈ ਵੀ ਉਹ ਦਿਸਣ ਵਾਲੀ ਚੀਜ਼ ਨਹੀਂ ਹੈ ਸੋ ਇਸ ਕਰਕੇ ਜਿਹੜਾ ਦੂਆ ਹੈਗਾ ਉੱਥੇ ਮੈਂ ਮਿੱਥਿਆ ਦੇ ਵਾਰ ਲਾਇਆ ਹੈਗਾ ਵੀ ਉਹ ਇਹਦੇ ਵਿੱਚ ਇਹ ਕਹਿ ਰਹੇ ਹੈਗੇ ਆ ਜੇ ਇਹਦੇ ਮੈਂ ਟ੍ਰਾਂਸਲੇਸ਼ਨ ਇੰਗਲਿਸ਼ ਦੇ ਵਿੱਚ ਆਈ ਨੈਵਰ ਲਾਈਕ ਯੂ ਨੋ ਐਨੀ ਆਫ ਦਾ ਯੂ ਨੋ ਐਕਚੁਅਲੀ ਟ੍ਰਾਂਸਲੇਸ਼ਨ ਕਿਉਂਕਿ ਅਕਸਰ ਭਾਈ ਸਾਹਿਬ ਸਿੰਘ ਦਾ ਜਿਹੜਾ ਟ੍ਰਾਂਸਲੇਸ਼ਨ ਹੁੰਦਾ ਉਹ ਇਟ ਮੇਕਸ ਲਾਟ ਆਫ ਸੈਂਸ ਟੂ ਮੀ ਪਰ ਕਈ ਵਾਰੀ ਜਦ ਉਹਦਾ ਟ੍ਰਾਂਸਲੇਸ਼ਨ ਕਰਨਾ ਇਟਸ ਨਾਟ ਈਜ਼ੀ ਟੂ ਐਕਚੁਅਲੀ ਗੋ ਵਿਦ ਦੈਟ ਸਿੰਸ ਬਾਡੀ ਵੈਲਥ ਐਂਡ ਆਲ ਦਾ ਰੈਲੇਟਿਵ ਜਾਂ ਫੈਮਿਲੀ ਆਰ ਫਾਲਸ ਪੈਰਿਸ਼ਬਲ ਦੈਨ ਪੁਜੈਸਨੈਸ ਆਫ ਮਾਇਆ ਮਾਇਆ ਦੀ ਮਮਤਾ ਪੁਜੈਸਨੈਸ ਆਫ ਮਾਇਆ ਮਾਇਆ ਦੀ ਜਿਹੜੀ ਪਕੜ ਹੈਗੀ ਆ ਓਕੇ ਐਂਡ ਈਗੋ ਡਿਊ ਟੂ ਦੈਟ ਜਿਹਨੂੰ ਐਕਚੁਅਲੀ ਪੁਜੈਸ ਹੁੰਦਾ ਵੀ ਮੇਰਾ ਕੁਟੁੰਬ ਹੈਗਾ ਜਾਂ ਮੇਰਾ ਕੁਛ ਹੈਗਾ ਆਲ ਦੋਜ਼ ਓਕੇ 3 ਮਿੰਟ ਓਕੇ ਉਹ ਜਿਹੜੇ ਹੈਗੇ ਆ ਸਾਰੇ ਉਹ ਵੀ ਜਿਹੜੇ ਹੈਗੇ ਪਾਲ ਅਤੇ ਜਿਸ ਚੀਜ਼ 'ਤੇ ਤੁਸੀਂ ਜੇ ਜਿਹੜਾ ਧਨ ਜਾਂ ਕੁਟੁੰਬ ਜਾਂ ਧਨ ਜਿਹੜੀਆਂ ਦਿਸਣ ਵਾਲੀਆਂ ਚੀਜ਼ਾਂ ਉਹਦੇ 'ਤੇ ਕਰਦੇ ਹੈਗੇ ਆ ਜਿਹੜੀਆਂ ਚੀਜ਼ਾਂ ਐਸੋਸੀਏਟਡ ਵਿਦ ਦੇ ਰਿਜ਼ਲਟਡ ਫਰੋਮ ਦੈਟ ਮਮਤਾ ਉੱਥੋਂ ਹੀ ਆਏ ਤਨ ਤੋਂ ਜਾਂ ਬਸ ਤਾਂ ਇਹਦਾ ਮਤਲਬ ਉਹ ਵੀ ਸਾਰੀਆਂ ਫਾਲਸ ਹੈਗੀ ਦੇ ਆਰ ਆਲਸੋ ਫਾਲਸ ਇੱਦਾਂ ਹੁਣ ਗਾਹਾਂ ਦਾ ਕੀਤਾ ਹੈ ਮਿੱਥਿਆ ਰਥ ਹਸਤੀ ਵਸਤਰਾ ਨਾ ਮਿੱਥਿਆ ਰਾਜ ਜੋਬਨ ਧਨ ਮਾਲ ਰਾਜ ਕਿੰਗਡਮ ਜੋਬਨ ਧਨ ਇਹ ਵੀ ਹੋਵੇ ਬਿਸਨਸ ਆ ਜਿਹੜੀਆਂ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਹੈ ਨਾ ਇਹ ਵੀ ਸਾਰੀਆਂ ਝੂਠੀਆਂ ਹੈਗੀਆਂ ਮਿੱਥਿਆ ਕਾਮ ਕ੍ਰੋਧ ਬਕਰਾਲ ਨਾ ਕਾਮ ਦਿਸਣ ਵਾਲਾ ਹੈਗਾ ਨਾ ਕ੍ਰੋਧ ਇਹ ਮਨ ਦੀਆਂ ਵਸਤਾਂ ਹੈਗੀਆਂ ਬਕਰਾਲ ਜੋ ਕ੍ਰੋਧ ਬਕਰਾਲ ਜਿਹੜਾ ਭਿਆਨਕ ਕ੍ਰੋਧ ਹੈਗਾ ਉਹ ਕਹਿੰਦੇ ਵੀ ਜੇ ਇਹ ਹੈਗੀਆਂ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਆਉਂਦੀਆਂ ਹੈਗੀਆਂ ਜੋਬਨ ਤੋਂ ਸਪੋਜ਼ ਕਰ ਲਓ ਵੀ ਜੋਬਨ ਕਰਕੇ ਹੀ ਕਾਮ ਦੀ ਵਾਸ਼ਨਾ ਆਉਂਦੀ ਹੈਗੀ ਆ ਇਸ ਰਿਜ਼ਲਟਿੰਗ ਫਰੋਮ ਦੈਟ ਜੇ ਉਹ ਜਿਹੜੀਆਂ ਹੈਗੀਆਂ ਮਿੱਥਿਆ ਹੈਗੀਆਂ ਜਿਹੜੀਆਂ ਚੀਜ਼ਾਂ ਉੱਤੇ ਰਿਜ਼ਲਟ ਹੁੰਦੀਆਂ ਉਹ ਵੀ ਮਿੱਥਿਆ ਹੈਗੀਆਂ ਮਿੱਥਿਆ ਧਰੋਹ ਮੋਹ ਅਭਿਮਾਨ ਹੁਣ ਇੱਥੇ ਜਿਹੜਾ ਹੈਗਾ ਧਰੋਹ ਕਿਸੇ ਦੇ ਨਾਲ ਜਿਹੜਾ ਹੈਗਾ ਸੀਪ ਕੰਮ ਮਿੱਥਿਆ ਰਥ ਹਸਤੀ ਅਸਲ ਮੈਂ ਹੁਣ ਕਾਹਲੀ ਕਰਨ ਦੀ ਕੋਸ਼ਿਸ਼ ਕਰਦਾ ਆਮ ਨਾਲ ਮੌਜੂਦ ਹੈ ਕਿਉਂਕਿ ਹੈ ਨਾ ਜਿਹੜਾ ਇੱਥੇ ਖਤਮ ਹੋ ਮੈਂ ਨਾ ਸਾਰੀਆਂ ਜਦ ਰਿਵਿਊ ਕੀਤੀਆਂ ਹੈਗੀਆਂ ਆਈ ਸੀ ਸਮ ਟਾਈਮ ਯੂ ਨੋ ਵੈਨ ਯੂ ਰਸ਼ ਇਟ ਯੂ ਕੈਨ ਈਜ਼ੀਲੀ ਸਕਿਪ ਸਮਥਿੰਗ ਸੋ ਆਪਾਂ ਇੱਥੇ ਕਰ ਜਾਣਾ ਤਾਂ ਅਗਲੀ ਵਾਰ ਨੂੰ ਐਂਡ ਵੀ ਵਿਲ ਫਿਨਿਸ਼ ਦਿਸ ਕਲਾਸ ਨੈਕਸਟ ਟਾਈਮ ਵਿਦ ਦੈਟ ਆਈ ਐਮ ਗੋਇੰਗ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ